ਲੈ 9 ਵੱਜ ਗਏ, ਅੱਜ ਫੇਰ ਨਹੀਂ ਆਏ ਹੁਣ ਤੱਕ। ਮੈਨੂੰ ਲੱਗਦਾ ਅੱਜ ਵੀ ਪੀ ਕੇ ਆਉਣਗੇ। ਕੀ ਕਰਾਂ, ਰੋਜ਼ ਰੋਜ਼ ਇੰਨਾ ਟਾਈਮ ਵੇਟ ਕਰਨੀ ਪੈਂਦੀ ਆ। ਲੈ ਆਉਂਦੇ ਆ ਗਏ। ਉਹ ਸੁੱਤੇ ਨੇ ਹਾਲੇ ਤੋਂ? ਆ ਗਏ ਤੁਸੀਂ? ਆਹੋ। ਮੈਂ ਕਿਵੇਂ ਸੌਂ ਜਾਂਦੀ ਉਹਨਾਂ ਟਾਈਮ ਜਦੋਂ ਤੱਕ ਤੁਸੀਂ ਆਏ ਨਹੀਂ? ਮੈਂ ਰੋਟੀ ਪਾ ਕੇ ਲਿਆਉਣੀ ਆ। ਰੋਟੀ ਕੋਈ ਨਾ, ਮੈਂ ਤਾਂ ਖਾ ਆਇਆ ਉੱਥੇ ਠੇਕੇ ਤੇ, ਮੀਟ ਮੂਟ ਖਾ ਆਇਆ। ਲੈ ਦੱਸ, ਮੀਟ ਨਾਲ ਕੀ ਹੁੰਦਾ ਵਾ? ਤੁਸੀਂ ਇੱਕ ਅੱਧੀ ਰੋਟੀ ਤਾਂ ਖਾ ਲਓ। ਉਹ ਤੂੰ ਪਕਾਈ ਨਾ ਮਾਰ ਯਾਰ, ਠੀਕ ਹੈ? ਤੂੰ ਪੈ ਜਾ ਤੂੰ ਆਪਦਾ, ਮੈਨੂੰ ਸਲਾਹ ਹੀ ਨਾ ਦੇ ਤੂੰ ਆਪ। ਮੈਂ ਕੀ ਪਕਾਈ ਮਾਰੀ ਆ, ਮੈਂ ਤਾਂ ਇਹੀ ਕਹਿੰਦੀ ਹਾਂ ਵੀ ਰੋਟੀ ਖਾ ਲਓ। ਮੈਂ ਰੋਟੀ ਪਾ ਲਿਆਉਣੀ ਆ ਕਿ ਬਣੀ ਪਈ ਆ? ਕੋਈ ਗੱਲ ਨਹੀਂ, ਮੈਂ ਉੱਥੇ ਖਾ ਪੀ ਆਇਆ ਕਿਸੇ ਨਾਲ। ਬਾਲੀਆਂ ਨਾ ਤੂੰ ਪਿਆ ਅਟੇਕੇ ਉਹਦਾ, ਨਾਲੇ ਤੁਸੀਂ ਜਲਦੀ ਆ ਜਾਇਆ ਕਰੋ, ਇੰਨਾ ਹਨੇਰਾ ਨਾ ਕਰਕੇ ਆਇਆ ਕਰੋ। ਉਹ ਤਾਂ ਮੈਂ ਤੈਨੂੰ ਕਿਹਾ ਪਿਆ ਮੇਰਾ ਦਿਮਾਗ ਨਾ ਖਾ ਤੂੰ, ਲੱਗੀ ਆ ਰਹੇ ਮੈਨੂੰ ਸਲਾਹਾਂ ਦੇਣ। ਬਸ ਹੁਣ ਨਹੀਂ ਮੈਂ ਜੀਣਾ ਹੈਗਾ, ਮੈਂ ਤਾਂ ਮਾਰੀ ਜਾਣਾ। ਰੋਜ਼ ਰੋਜ਼ ਦੇ ਤਾਨੇ ਮਿਹਣੇ, ਰੋਜ਼ ਚਿੱਤਰ ਮਾਰਦਾ ਮੇਰੇ, ਨਾਲੇ ਮੈਂ ਇੰਨਾ ਕਰਦੀ ਹਾਂ ਫਿਰ ਵੀ। ਬਸ ਹੋਰ ਨਹੀਂ ਮੈਂ ਇਹਦੇ ਨਾਲ ਜ਼ਿੰਦਗੀ ਕੱਟਣੀ, ਹੁਣ ਤਾਂ ਮੈਂ ਆਪਣੇ ਆਪ ਨੂੰ ਖਤਮ ਹੀ ਕਰ ਲੈਣਾ। ਕੀ ਕਰਨਾ ਇਹੋ ਜਿਹੀ ਜ਼ਿੰਦਗੀ ਦੇ ਕੇ? ਨਹੀਂ ਰੀਤ, ਆਹ ਕੰਮ ਨਹੀਂ ਕਰਨਾ। ਤੂੰ ਕਿਹੜਾ ਬੁੱਝ ਦੇ ਲਾ, ਤੂੰ ਕਿਹੜਾ ਅਨਪੜ੍ਹਾਂਗੀ, ਇਹ ਕੰਮ ਅਨਪੜ੍ਹਾਂ ਦਾ ਹੁੰਦਾ। ਜਿਹੜੇ ਬੁੱਝ ਦਿਲ ਹੁੰਦੇ ਆ, ਜ਼ਿੰਦਗੀ ਜਿਉਣ ਤੋਂ ਡਰਦੇ ਆ, ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ, ਪਰ ਆਹ ਕਦਮ ਨਹੀਂ ਚੱਕਣਾ ਚਾਹੀਦਾ ਬੰਦੇ ਨੂੰ। ਮੈਂ ਨਹੀਂ ਮਰਨਾ, ਕੋਈ ਨਾ, ਜੋ ਵੀ ਮੁਸ਼ਕਲਾਂ ਹੋਣਗੀਆਂ ਮੈਂ ਉਹਨਾਂ ਦਾ ਸਾਹਮਣਾ ਕਰੂੰਗੀ। ਅੱਜ ਤਾਂ ਟਾਈਮ 9 ਤੋਂ ਵੀ ਉੱਪਰ ਹੋ ਗਿਆ, ਮੈਨੂੰ ਲੱਗਦਾ ਅੱਜ ਫੇਰ ਪੀ ਕੇ ਆਊ। ਇਹਨੇ ਤਾਂ ਦੁਖੀ ਕੀਤਾ ਪਿਆ, ਰੋਜ਼ ਰੋਜ਼ ਡੱਕ ਕੇ ਆਉਂਦਾ। ਕੀ ਬੁੜਬੁੜ ਕਰੀ ਜਾਂਦੀ ਆ? ਮੈਂ ਕੀ ਬੁੜਬੁੜ ਕਰਨੀ ਆ? ਤੁਸੀਂ ਅੱਜ ਫੇਰ ਦਾਰੂ ਪੀ ਕੇ ਆਏ ਹੋਗੇ, ਉਹ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਟਾਈਮ ਦਾ। ਰੋਟੀ ਲੈ ਕੇ ਆਉਣੀ ਆ ਫਿਰ ਮੈਂ? ਰਹਿਣ ਦੇ ਰੋਟੀ ਨੂੰ। ਕਿਉਂ ਨਾ? ਬਸ ਮੈਂ ਖਾ ਪੀ ਆਇਆ, ਤੁਹਾਨੂੰ ਪਤਾ ਤਾਂ ਹੈਗਾ। ਹੁਣ ਜੇ ਇਹ ਹਿਸਾਬ ਨਾਲ ਤੁਸੀਂ ਐਂ ਚੱਲਦੇ ਰਹੇ ਨਾ ਤਾਂ ਆਪਾਂ ਕੰਗਾਲ ਹੋ ਜਾਵਾਂਗੇ, ਅੱਲੇ ਪੱਲੇ ਆਪਣੇ ਕੱਖ ਨਹੀਂ ਰਹਿਣਾ, ਨਾਲੇ ਆਪਣੇ ਬੱਚੇ ਕੀ ਕਰਨਗੇ ਅੱਗੇ ਆਉਣ ਵਾਲੀ ਜ਼ਿੰਦਗੀ 'ਚ? ਉਹ ਬੱਚੇ ਤਾਂ ਕਰਨਗੇ, ਬੱਚੇ ਹੋਣਗੇ। ਬਾਅਦ ਤਾਂ ਤੂੰ ਔਰਤ ਹੈ, ਬੱਚੇ 3 ਸਾਲ ਹੋ ਗਏ ਤੈਨੂੰ ਬੱਚਾ ਨਹੀਂ ਹੁੰਦਾ,
ਨਾ ਬੱਚਾ ਮੇਰੇ ਹੱਥ ਵਿੱਚ ਹੈਗਾ, ਮੈਂ ਕਿੱਥੋਂ ਫੜ ਲਿਆ ਮੈਂ ਬੱਚਾ ਕਿ ਰੱਬ ਨਾਲ ਲੜ ਪਵਾਂ ਜਾ ਕੇ। ਐਂ ਬੱਚੇ ਹੁੰਦੇ ਹੁੰਦੇ ਨੇ ਵੀ ਰਾਤਾਂ ਨੂੰ ਰੋਜ਼ ਲੇਟ ਆਓ, ਦਾਰੂਆਂ ਪੀ ਕੇ ਆ ਕੇ ਆਪਦੇ ਘਰ ਵਾਲੀ ਨੂੰ ਬੁਲਾਓ ਨਾ, ਉਹਦੇ ਬੰਨੀ ਪਿੱਠ ਕਰਕੇ ਪੈ ਜਾਓ। ਕੋਈ ਨਾ, ਮੈਨੂੰ ਬਾਹਰ ਲੈਕਚਰ ਨਾ ਦੇ ਤੂੰ, ਠੀਕ ਹੈ? ਲੈਕਚਰ ਨਾ ਦੇ, ਮੇਰੇ 'ਚ ਗਲਤੀ ਆ ਗੱਲੀ 'ਚ। ਹੋ ਕੀ ਗਲਤੀ ਆ? ਐਂ ਕਿਦੋਂ ਬੱਚੇ ਹੁੰਦੇ ਹੁੰਦੇ ਨੇ, ਤੁਸੀਂ ਕਦੇ ਸਿੱਧੇ ਮੂੰਹ ਨਾਲ ਮੈਨੂੰ ਬੁਲਾਇਆ? ਕਦੇ ਮੇਰੇ ਕੋਲੇ ਬੈਠੇ ਹੋ? ਤਾਨੇ ਮੇਰੇ ਮੈਨੂੰ ਦੇਣ ਲੱਗ ਜਾਂਦੇ ਹੋ। ਚੱਲ ਕੋਈ ਗੱਲ ਨਹੀਂ, ਠੀਕ ਹੈ? 3 ਸਾਲ ਹੋ ਗਏ ਤੈਨੂੰ, ਹਾਂ ਤੱਕ ਬੱਚੇ ਦਾ ਮੂੰਹ ਨਹੀਂ ਦੇਖਿਆ। ਐ ਤਾਂ ਤੁਸੀਂ ਦੇਖੀ ਖੜੇ ਹੋ ਬੱਚੇ ਦਾ ਮੂੰਹ, ਜਿਹੜੇ ਹਿਸਾਬ ਨਾਲ ਤੁਸੀਂ ਚੱਲਦੇ ਹੋ। ਇਹ ਤਾਂ ਕੋਈ ਹੋਰ ਵਿਆਹ ਕਰਾਉਣਾ ਪਊ, ਤਾਂ ਕਿਤੇ ਕੋਈ ਮੇਰਾ ਕੋਈ ਬਣਸੂ ਕੋਈ। ਹਾਂ ਹਾਂ ਕਰਾ ਲਓ, ਕੋਈ ਨਾ, ਤੁਸੀਂ ਹੋਰ ਵਿਆਹ ਹੀ ਕਰਾ ਲਿਓ। ਆਪਣੇ ਆਪ ਨੂੰ ਸੁਧਾਰ ਲਓ ਪਹਿਲਾਂ, ਆਪਣੇ ਲੱਛਣ ਸੁਧਾਰੋਗੇ ਨਾ ਫੇਰ ਹੀ ਬੱਚਾ ਹੋਊਗਾ। ਐ ਤਾਂ ਚਾਹੇ 10 ਵਿਆਹ ਕਰਾ ਲਓ, ਫਿਰ 10ਾਂ ਤੋਂ ਵੀ ਬੱਚੇ ਦਾ ਮੂੰਹ ਨਹੀਂ ਦੇਖ ਸਕਦੇ। ਕੋਈ ਗੱਲ ਨਹੀਂ, ਮੈਨੂੰ ਬਾਹਰ ਨੂੰ ਸਮਝਾ ਤੂੰ, ਆਪਦਾ ਨਵੇੜ ਆਪਦਾ ਕੰਮ ਨਵੇੜ ਤੂੰ, ਜਾ ਜਿੱਥੇ ਜਾਣੀ ਆ। ਕੋਈ ਨਾ, ਜੇ ਤੁਸੀਂ ਐਂ ਕਹਿੰਦੇ ਹੋ ਨਾ ਜਾ, ਤਾਂ ਸਵੇਰੇ ਚੱਲਿਓ ਮੇਰੇ ਨਾਲ ਕੋਰਟ, ਤਲਾਕ ਦੇ ਦਿਓ ਮੈਨੂੰ। ਆ ਤੂੰ ਯਾਰ ਇੱਕ ਵਾਰੀ ਜਾ ਤਾਂ ਸਹੀ ਯਾਰ, ਮੈਂ ਤੁਹਾਨੂੰ ਦੇਊਂਗਾ, ਦੋਨੇ ਹੱਥ ਲਿਖ ਕੇ ਦੇ ਦੂੰਗਾ, ਜਾ। ਮੈਂ ਤਾਂ ਹੋਰ ਨਾ ਵਿਆਹ ਕਰਾਊਂਗਾ, ਤਾਂ ਕਿ ਮੇਰਾ ਬੱਚਾ ਕੋਈ ਹੋ ਕੇ ਬਾਲੇ ਵਾਰਸ। ਮੈਨੂੰ ਵੀ ਕੋਈ ਖੁਸ਼ੀ ਨਹੀਂ ਹੈਗੀ ਵੀ ਮੈਂ ਰਹਾਂ ਤੁਹਾਡੇ ਨਾਲ, ਬਹੁਤ ਤੁਸੀਂ ਮੈਨੂੰ ਖੁਸ਼ ਨਹੀਂ ਰੱਖਦੇ ਹੈਗੇ, ਜ਼ਿੰਦਗੀ ਬਰਬਾਦ ਕਰਕੇ ਰੱਖਦੀ। ਜਿੱਦਣ ਦਾ ਇਹ ਬੰਦੇ ਨਾਲ ਵਾਹ ਵਾਸਤਾ ਪਿਆ ਗਾ। ਬੁੜਬੁੜ ਤਾਂ ਹਾਂ ਆਪ ਹੀ ਕਰਦੀ ਆ ਮੈਂ, ਤੁਸੀਂ ਤਾਂ ਕਦੇ ਕਰਦੇ ਨਹੀਂ ਬੁੜਬੁੜ, ਮੇਰੀ ਬੁੜਬੁੜ ਬੁਰੀ ਲੱਗਦੀ ਆ। ਹੁਣ ਟਿਕ ਕੇ ਪੈ ਜਾ, ਹੁਣ ਪਈ ਹੋਈ ਆ, ਮੈਂ ਕਿਹੜਾ ਨੱਚਦੀ ਆ। ਤੜਕੇ ਦੇਣੀ ਜਵਾਬ ਇਹਨੇ ਦੇਣਾ ਕੋਰਟ 'ਚ। ਹਾਂ ਕੋਈ ਨਾ ਚੱਲਿਓ, ਉੱਥੇ ਕੱਢਣੀ ਪੜਾਸ। ਉਹ ਚੱਲ ਹੁਣ ਲੈਣਾ ਤਾਂ ਤਲਾਕ ਹੈ, ਲਾਈ ਨਾ ਸ਼ਕੀਨੀ ਆ ਤੂੰ। ਮੇਰਾ ਘਰ ਮੈਂ ਆਪੇ ਕਰ ਦੂੰ, ਤੈਨੂੰ ਹੁਣ ਜਾਣਾ ਸੀ, ਤੈਨੂੰ ਇਹ ਕਰਨਾ ਕੀ ਮੋਹ ਆ ਤੈਨੂੰ? ਜਿੱਥੇ ਸਮਾਨ ਪਿਆ ਸਾਡੇ ਨੂੰ ਪਿਆਰਿਆਂ ਦੇ, ਮੇਰਾ ਘਰ ਹੈ, ਲੈਣਾ ਤਲਾਕ ਹੈ, ਉਹਦੇ ਘਰ 'ਤੇ ਮੇਰੇ ਮਰੀ ਬੈਠੀ ਹੈ। ਮੈਨੂੰ ਦੱਸ ਤਾ ਗੱਲ ਕੀ ਹੋ ਗਈ ਬਾਪੂ ਜੀ, ਮੈਨੂੰ ਮਾਫ ਕਰ ਦੋ, ਮੈਂ ਨਾ ਤੁਹਾਡੀ ਮਰਜ਼ੀ ਦੇ ਖਿਲਾਫ ਵਿਆਹ ਕਰਾ ਕੇ ਬਹੁਤ ਵੱਡੀ ਗਲਤੀ ਕੀਤੀ ਤੇ ਉਹਦਾ ਨਤੀਜਾ ਮੈਨੂੰ ਭੁਗਤਣਾ ਪੈ ਗਿਆ, ਮੈਨੂੰ ਮਾਫ ਕਰ ਦੋ ਬਾਪੂ ਜੀ। ਇਸੇ ਕਰਕੇ ਤਾਂ ਪੁੱਤ ਮੈਂ ਤੈਨੂੰ ਕਹਿੰਦਾ ਸੀਗਾ ਵੀ ਇਹ ਪਿਆਰ ਪੂਰ ਦੇ ਚੱਕਰਾਂ 'ਚ ਕੀ ਰੱਖਿਆ, ਉਹ ਤਾਂ ਸਿਰੇ ਦਾ ਮਲੰਗ ਬੰਦਾ ਹੈਗਾ, ਉਹਦੇ ਸਾਰਾ ਮੈਂ ਉਹਦਾ ਪਤਾ ਕਰ ਲਿਆ ਸੀਗਾ ਪਿੰਡ ਦੇ ਵਿੱਚ, ਤੂੰ ਇੱਕ ਨਹੀਂ ਮੰਨੀ ਮੇਰੀ, ਆਪਦੀ ਮੇਰੀ ਮਰਜ਼ੀ ਦੇ ਖਿਲਾਫ ਜਾ ਕੇ ਉਹਦੇ ਨਾਲ ਵਿਆਹ ਕਰਵਾ ਲਿਆ। ਬਾਪੂ ਜੀ ਉਦੋਂ ਮੈਂ ਉਹਦੇ ਪਿਆਰ 'ਚ ਨਹੀਂ ਸੀ, ਮੈਨੂੰ ਪਤਾ ਨਹੀਂ ਲੱਗਿਆ ਹੈਗਾ
ਉਹ ਤਾਂ ਸਿਰੇ ਦਾ ਲੱਤ ਬੰਦਾ ਮੈਨੂੰ ਇੰਨਾ ਤੰਗ ਕਰਦਾ, ਕੁੱਟਦਾ, ਮਾਰਦਾ, ਰੋਜ਼ ਰਾਤ ਨੂੰ ਦਾਰੂ ਪੀ ਕੇ ਆਉਂਦਾ, ਇੰਨੇ ਤਾਨੇ ਵੇਣੇ ਦਿੰਦਾ ਮੈਨੂੰ, ਕਦੇ ਉਹਨੇ ਮੈਨੂੰ ਸਿੱਧੇ ਮੂੰਹ ਬੁਲਾਇਆ ਤੱਕ ਨਹੀਂ, ਨਾ ਮੈਨੂੰ ਇੰਨੇ ਤਾਨੇ ਦਿੰਦਾ, ਕਹਿੰਦਾ ਨਾ ਤੇਰੇ ਬੱਚਾ ਹੁੰਦਾ, ਤੂੰ ਬਾਂਝ ਔਰਤ ਆ, ਤੂੰ ਇਹ ਆ, ਤੂੰ ਉਹ ਆ, ਕੱਖ ਨਹੀਂ ਹੈਗਾ ਉਹਦੇ ਪੱਲੇ ਬਾਪੂ ਜੀ, ਮੈਂ ਬਹੁਤ ਪਛਤਾਉਣੀ ਹੈਗੀ। ਇਸੇ ਕਰਕੇ ਕਹਿੰਦਾ ਜੀ ਪੁੱਤ ਉਹ ਤਾਂ ਸਿਰੇ ਦਾ ਮਲੰਗ ਹੈ, ਤੈਨੂੰ ਤਾਂ ਜੀ ਤਾਂ ਕਿਹਾ ਸੀ ਤੂੰ ਬਾਪ ਤੋਂ ਬਾਹਰ ਹੋ ਕੇ ਵਿਆਹ ਕਰਵਾਇਆ, ਇਹ ਪਿਆਰ ਪੂਰ ਦੇ ਚੱਕਰਾਂ 'ਚ ਕੀ ਰੱਖਿਆ ਪੁੱਤ, ਕੁਛ ਨਹੀਂ ਰੱਖਿਆ, ਠੀਕ ਹੈ। ਜਿੱਥੇ ਮਾਪੇ ਚਾਈ ਚਾਈ ਵਿਆਹ ਕਰਨ ਉਹੀ ਵਿਆਹ ਸੋਹਣੇ ਲੱਗਦੇ ਨੇ, ਨਾਲ ਧੀਆਂ ਸੌਖੀਆਂ ਵੱਸਦੀਆਂ ਨੇ। ਹੁਣ ਤਾਂ ਬਾਪੂ ਜੀ ਪਤਾ ਲੱਗ ਗਿਆ, ਅੱਖਾਂ ਖੁੱਲ ਗਈਆਂ, ਕਹਿੰਦੇ ਜਦੋਂ ਤੱਕ ਨਹੀਂ ਅੱਖਾਂ ਖੁੱਲਦੀਆਂ ਜਦੋਂ ਤੱਕ ਬੰਦੇ ਨੂੰ ਠੋਕਰ ਨਹੀਂ ਲੱਗਦੀ, ਕਦੇ ਉਹਨੇ ਮੈਨੂੰ ਬੁਲਾਇਆ ਨਹੀਂ, ਮੇਰੇ ਵੱਲ ਨਹੀਂ ਪਿੱਠ ਕਰਕੇ ਪੈ ਜਾਂਦਾ ਅਤੇ ਮੈਨੂੰ ਤਾਨੇ ਦਿੰਦਾ ਕਿ ਆ ਕੇ ਤੇਰੇ ਜਵਾਕ ਨਹੀਂ ਹੁੰਦਾ, ਤੂੰ ਬਾਂਝ ਔਰਤਾਂ ਗੀ, ਤੈਨੂੰ ਛੱਡ ਕੇ ਮੈਂ ਤਾਂ ਹੋਰ ਕਿਸੇ ਨਾਲ ਵਿਆਹ ਕਰਾਊਂਗਾ। ਅੱਜ ਮੈਂ ਉਹਦਾ ਫਾਹਾ ਵੱਢਿਆ ਹੀ ਬਾਪੂ ਜੀ, ਮੈਂ ਤਾਂ ਉਹਨੂੰ ਤਲਾਕ ਦੇ ਕੇ ਆ ਗਈ, ਮੈਂ ਕਿਹਾ ਮੈਂ ਤਾਂ ਉਹਦੇ ਬਾਪੂ ਕੋਲ ਹੀ ਜਾਂਦੀ ਹਾਂ। ਕੋਈ ਨਾ ਪੁੱਤ, ਕੋਈ ਨਾ ਰੋ ਨਾ, ਕੋਈ ਨਾ ਰੋ ਨਾ, ਜਿਹੜਾ ਜੋ ਕੁਛ ਹੋ ਗਿਆ ਇਹ ਸਜ਼ਾ ਸੀ, ਤੈਨੂੰ ਸਜ਼ਾ ਮਿਲਣੀ ਸੀ, ਤੈਂ ਬਾਪੂ ਤੋਂ ਖਿਲਾਫ਼ ਹੋ ਕੇ ਵਿਆਹ ਕਰਵਾਇਆ ਸੀਗਾ। ਹਾਂ ਬਾਪੂ ਜੀ ਉਹ ਤਾਂ ਹੈਗਾ ਹੀ ਆ, ਤਾਹੀਓ ਸਿਆਣੇ ਨੇ ਐਵੇਂ ਥੋੜ੍ਹੀ ਕਿਹਾ ਵੀ ਔਲੇ ਦਾ ਖਾਧਾ ਸਿਆਣੇ ਦਾ ਕਿਹਾ ਮਗਰੋਂ ਪਤਾ ਲੱਗਦਾ, ਠੀਕ ਹੈ। ਕੋਈ ਮਾਂ ਬਾਪ ਇਹ ਨਹੀਂ ਚਾਹੁੰਦਾ ਵੀ ਸਾਡੀ ਧੀ ਸੌਖੀ ਨਾ ਵਸੇ, ਹਰੇਕ ਸੋਚਦਾ ਵੀ ਸਾਡੀ ਧੀ ਸੁਖੀ ਵਸੇ, ਚੰਗਾ ਘਰ ਬਾਰ ਹੋਵੇ। ਉਹ ਤਾਂ ਮਲੰਗ ਬੰਦਾ ਹੈ, ਉਹਨੂੰ 10 ਰੁਪਈਏ ਨਹੀਂ ਦਿੰਦਾ ਕੋਈ ਪਿੰਡ 'ਚ, ਸਿਰੇ ਦਾ ਮਲੰਗ ਹੈ ਉਹ। ਇਸੇ ਕਰਕੇ ਤੈਨੂੰ ਕਹਿੰਦਾ ਤੂੰ ਇੱਕ ਨਹੀਂ ਮੰਨੀ ਮੇਰੀ, ਹੁਣ ਜੋ ਕੁਛ ਹੋ ਗਿਆ ਠੀਕ ਹੈ ਪੁੱਤ, ਭੁੱਲ ਜਾ ਉਹਨੂੰ, ਉੱਥੇ ਮਿੱਟੀ ਪਾ, ਹੁਣ ਤੂੰ ਰੋ ਨਾ, ਮੇਰਾ ਪੁੱਤ ਜੋ ਕੁਛ ਹੋ ਗਿਆ ਠੀਕ ਹੈ, ਜਾ ਤੂੰ ਅੰਦਰ ਜਾ, ਪਾਣੀ ਪੂਣੀ ਪੀ ਲੈ, ਰੋਟੀ ਖਾ ਲੈ, ਆਰਾਮ ਕਰ ਤੂੰ। ਧੀਆਂ ਦੇ ਦੁੱਖ ਮਾਂ ਬਾਪ ਨੂੰ ਇਹ ਪਤਾ ਹੁੰਦਾ, ਇਹ ਤਾਂ ਉਦੋਂ ਪਿਆਰ ਦੇ ਇਸ਼ਕ 'ਚ ਅੰਨੀ ਹੋ ਕੇ ਮੈਂ ਇੱਥੋਂ ਬਾਹਰ ਹੋ ਕੇ ਵਿਆਹ ਕਰਵਾ ਲਿਆ, ਹੁਣ ਪੈ ਗਿਆ ਨਾ ਉਹੀ ਭੁਗਤਣਾ ਇਹਨੂੰ। ਰੀਤ ਪੁੱਤ, ਰੀਤ। ਹਾਂਜੀ ਬਾਪੂ ਜੀ। ਆ ਪਾਣੀ ਦਾ ਗਲਾਸ ਲਈ ਪੁੱਤ, ਲਿਆਉਣੀ ਆ। ਆ ਲਓ ਬਾਪੂ ਪਾਣੀ। ਨਿਬੇੜਦੇ ਕੰਮ ਕੁੰਮ ਪੁੱਤ? ਹਾਂ ਹਾਂ ਬਾਪੂ, ਕੰਮ ਤਾਂ ਬਸ ਕਰ ਲਏ, ਕਰੀ ਜਾਂਦੀ ਸੀ ਹੌਲੀ ਹੌਲੀ, ਮਾੜੇ ਮੋਟੇ ਜਿਹੜੇ ਰਹਿੰਦੇ ਨੇ ਉਹ ਵੀ ਕਰ ਲੈਂਦੀ ਹਾਂ। ਰੋਟੀ ਬਣਾਤੀ ਮੇਰੀ ਪੁੱਤ? ਰੋਟੀ ਬਣਾਉਣ ਵਾਲੀ ਰਹਿ ਗਈ, ਬਸ ਆਟਾ ਤਾਂ ਗੁੰਨਿਆ ਪਿਆ ਗਾ। ਬਣਾ ਦੀ ਪੁੱਤ, ਮੈਨੂੰ ਭੁੱਖ ਲੱਗੀ ਹੈ, ਖਾਊਂਗਾ। ਹਾਂ ਹਾਂ ਮੈਂ ਸਫਾਈ ਜੀ ਕਰਨ ਲੱਗ ਗਈ ਸੀਗੀ, ਬਸ ਬਣਾਉਣੀ ਆ ਰੋਟੀ ਮੈਂ। ਮੈਂ ਕਿਹਾ ਚੱਲ ਪਹਿਲਾਂ ਰਸੋਈ ਦਾ ਕੰਮ ਕਰਦਾ, ਫਿਰ ਤੁਹਾਨੂੰ ਪਤਾ ਲਾਈਟ ਚੱਲੀ ਜਾਂਦੀ ਹੈਗੀ। ਹਾਂ ਪੁੱਤ, ਫਿਰ ਲਾਈਟ ਆਉਂਦੀ ਨਹੀਂ ਹੈਗੀ ਕਿੰਨਾ ਟਾਈਮ। ਹਾਂ ਹਾਂ ਇਹ ਤਾਂ ਹੈ। ਫਿਰ ਹੁਣ ਐਂ ਆ ਵੀ ਚੱਲ ਕੰਮ ਧੰਦਾ ਸਾਥ। ਕੌਣ ਹੈ? ਸੁੱਕੀ ਹੈ? ਹਾਂ ਪੁੱਤ ਸੁੱਕੀ। ਪੈਰੀ ਪੈਣ। ਹੋਰ ਠੀਕ ਹੈ ਪੁੱਤ? ਹਾਂ ਜੀ ਹਾਂ, ਹੋਰ ਰਾਜ। ਹਾਂ ਵਧੀਆ ਪੁੱਤ ਵਧੀਆ, ਤੂੰ ਸੁਣਾ ਕਿਵੇਂ, ਕਿਹੜਾ ਮਾਰੇ ਤੀ? ਉਹ ਹੱਥਾਂ ਵਾਲਾ ਬੱਟਾਂ ਵਾਲਾ ਜਿੰਦਰਾ ਲੈ ਕੇ ਆਣੀ ਛੋਟਿਆ। ਅੱਛਾ ਜਿੰਦਰਾ? ਹਾਂ ਜਿੰਦਰਾ ਇੱਥੇ ਪਿਆ ਹੋਊਗਾ ਪੁੱਤ। ਉਧਰ ਬਾਗਲ ਚ ਪਿਆਗਾ। ਬਾਗਲ ਚ ਪਿਆ, ਉੱਥੇ ਚੱਕ ਲਈ। ਅੱਛਾ ਅੱਛਾ, ਹੋਰ ਤੂੜੀ ਤਾੜੀ ਦਾ ਨਿਬੜ ਗਿਆ? ਹਾਂ ਸਭ ਨਿਬੜ ਗਿਆ, ਉਹ ਤਾਂ ਚਰੀ ਜੀ ਬੀਜੀ ਥੋੜੀ ਜੀ। ਅੱਛਾ ਹਾਂ, ਬੱਟਾ ਪਾਉਣੀਆਂ ਨੇ? ਹਾਂ ਹਾਂ। ਪੌਦ ਪੂਦ ਬੀਜਤੀ? ਪੌਦ ਬਸ ਬੀਜ ਦਿਆਂਗੇ ਆਹ 10 ਮਈ ਨੂੰ, 10 ਤਰੀਕ ਨੂੰ। ਹਾਂ ਬੀ ਕਿਹੜਾ ਲਾਵੇਂਗਾ? ਮੁੱਛਲ ਹੀ ਲਾਉਣੇ ਐਤਕੀ, ਤਾਂ ਪਿਛਲੀ ਵਾਰੀ ਰੇਟ ਵਧੀਆ ਆਇਆ 46-47 ਦਾ ਰਿਹਾ ਸੀ। ਉਹ ਇੱਕ ਬੀਜਾ ਤਾਂ ਬੰਦ ਵੀ ਕਰਤਾ ਸਰਕਾਰ ਨੇ ਐਤਕੀ, ਕਿਹੜਾ ਪੇੜੀ ਉਸ਼ਾ? ਹਾਂ ਕਹਿੰਦੇ ਲਾਉਣਾ ਨਹੀਂ ਹੈਗਾ। ਉਹ ਤਾਂ ਬਸ 160 ਦਿਨ ਲਾ ਜਾਂਦਾ, ਲੈਂਦਾ ਮੁੱਛਲ ਵੀ ਜ਼ਿਆਦਾ, ਜੇ ਬੰਦ ਕਰਨ ਠੀਕ ਆ, ਹਜੇ ਚੱਲੀ ਜਾਂਦਾ ਗਾ।
ਹੁੰਦਾ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਦੀ ਫਾਇਦਾ ਜਿਹੜੀਆਂ 100 ਕੁ ਦਿਨ ਲੈਂਦੀਆਂ 90 ਦਿਨ ਵਾਲੀਆਂ ਜਿਵੇਂ 26-26 ਹੋ ਗਈ ਆ, 1509 ਹੋ ਗਈ, 17-18 ਹੋ ਗਈ, 1847 ਝਾੜ ਵਧੀਆ ਨੇ ਨਹੀਂ ਰੇਟ ਵਧੀਆ ਮਿਲ ਜਾਂਦਾ ਇਹਨਾਂ ਦਾ ਜਿਵੇਂ 26 ਦਾ ਝਾੜ ਵਧੀਆ ਨਾਲੇ 90 ਦਿਨ ਹੀ ਲੈਂਦੀ ਹੈ। ਬਾਪੂ ਜੀ ਚਾਹ ਬਣਾਵਾ? ਚਾਹ ਪੀਣਗੇ ਪੁੱਤ? ਨਾ ਜੀ ਬਸ ਚਾਹ ਤਾਂ ਬਸ ਕਰੋ। ਹਾਂ ਲੈ ਜੀ ਉੱਥੋਂ ਬਾਗਲ ਚੋਂ ਚੱਕ ਕੇ ਲੈ ਜੀ ਤੂੰ। ਅੱਛਾ ਅੱਛਾ ਹਾਂ ਚਲੋ ਠੀਕ ਹੈ ਮੈਂ ਲੈ ਜਾਂਦਾ ਫਿਰ। ਬਾਪੂ ਜੀ ਮੁੰਡਾ ਕੌਣ ਸੀਗਾ? ਇਹ ਮੁੰਡਾ ਪੁੱਤ ਆਪਣੇ ਪਿੰਡ ਰਹਿੰਦਾ, ਉਹ ਬਚਨੋਂ ਨਹੀਂ ਹੈਗੀ, ਉਹਦਾ ਭਾਣਜਾ ਹੈਗਾ। ਅੱਛਾ ਅੱਛਾ ਬਹੁਤ ਵਧੀਆ ਮੁੰਡਾ ਵਿਚਾਰਾ। ਠੀਕ ਆ ਵਧੀਆ, ਮੇਰਾ ਪੂਰਾ ਖਿਆਲ ਰੱਖਦਾ, ਖੇਤ 'ਚ ਵੀ ਕੰਮ ਧੰਦਾ ਮੇਰੇ ਨਾਲ ਕਰਵਾਉਂਦਾ ਵਿਚਾਰਾ। ਚਲੋ ਠੀਕ ਆ ਤਾਂ ਵਧੀਆ ਬਾਪੂ ਜੀ। ਫਿਰ ਖੇਤ ਦਾ ਕੋਈ ਕੰਮ ਧੰਦਾ ਹੋਵੇ ਮੈਂ ਇਹਨੂੰ ਜਦੋਂ ਮਰਜ਼ੀ ਕਹਿ ਦਾਂ, ਅੱਧੇ ਬੋਲ ਆ ਜਾਂਦਾ ਵਿਚਾਰਾ, ਬਹੁਤ ਸਿਆਣਾ ਮੁੰਡਾ ਹੈਗਾ। ਚਲੋ ਆ ਤਾਂ ਵਧੀਆ ਗੱਲ ਆ, ਮੈਨੂੰ ਬਹੁਤ ਸਹਾਰਾ ਇਹਦਾ ਮੁੰਡੇ ਦਾ, ਹੱਥ ਵਟਾਇਆ ਜਾਂਦਾ ਤੇ। ਚਲੋ ਮੈਂ ਰੋਟੀ ਬਣਾਉਣੀ ਆ ਬਾਪੂ ਜੀ ਫਿਰ ਤੁਹਾਡੇ ਵਾਸਤੇ। ਹਾਂ ਬਣਾ ਲੈ ਪੁੱਤ, ਤੁਸੀਂ ਆਰਾਮ ਕਰ ਲਓ। ਹਾਂ ਠੀਕ ਹੈ ਪੁੱਤ। ਸੁੱਖੀ ਯਾਰ ਇਹ ਬਾਬੇ ਦੀ ਕੁੜੀ ਹੋਣੀ ਹੈ ਨਾ, ਜਿਹਦਾ ਕਹਿੰਦੇ ਨੇ ਤਲਾਕ ਹੋ ਗਿਆ। ਕੁੜੀ ਤਾਂ ਯਾਰ ਸੋਹਣੀ ਆ ਵੈਸੇ। ਚੱਲ ਤੂੰ ਜਿੰਦਰਾ ਲੈ ਜਾ ਬਾਗਲ ਤੋਂ, ਤੂੰ ਦੱਸ ਕੀ ਲੈਣਾ, ਐਵੇਂ ਸੋਚੀ ਜਾਂਦਾ ਪਤੰਦਰਾ। ਬੀਂਦਾ ਨੀ ਬਾਬਾ ਕਿਤੇ ਯਾਰ ਸੁੱਖੀ। ਬਾਬੇ ਕੌਣ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈ ਨੀ ਬਾਬਾ ਜੀ ਘਰੇ? ਨਹੀਂ ਹੈ ਨੀ ਬਾਪੂ ਜੀ ਤਾਂ ਜੀ ਘਰੇ ਗਏ ਹੋਏ ਨੇ ਕਿਤੇ। ਚਲੋ ਉਹਨਾਂ ਤੱਕ ਹੀ ਸੀਗਾ ਕੰਮ ਫਿਰ। ਬਹਿ ਜਾਓ ਜੀ, ਚਾਹ ਬਣਾਉਣੀ ਹੈਗੀ। ਨਹੀਂ ਬਸ ਮੈਂ ਘਰੇ ਜਾਣਾ ਸੀਗਾ, ਖੇਤ ਚੋਂ ਆਇਆ ਸੀ। ਅੱਛਾ ਕੋਈ ਨਾ, ਫਿਰ ਪਾਣੀ ਤਾਂ ਪੀ ਲਓ, ਬਹਿ ਜਾਓ ਮੈਂ ਪਾਣੀ ਲੈ ਕੇ ਆਉਂਦੀ ਹਾਂ। ਕੋਈ ਨਹੀਂ ਪਾਣੀ ਲਿਆ ਦਿਓ, ਲੈ ਸੁੱਖੀ ਪਾਣੀ ਤਾਂ ਪੀ ਲੈਣਾ, ਨਾਲੇ ਤੇਜ਼ ਹੀ ਲੱਗੀ ਪਈ ਆ। ਆ ਲਓ ਜੀ। ਕਿੱਧਰ ਗਏ ਨੇ ਜੀ ਬਾਬਾ ਜੀ? ਪਤਾ ਨਹੀਂ, ਐ ਕਹਿ ਕੇ ਗਏ ਸੀਗੇ ਵੀ ਜਲਦੀ ਮੁੜੇ ਆਊਂਗਾ। ਆ ਦੇਖ ਲਓ ਜਲਦੀ ਜਲਦੀ 'ਚ 2-3 ਘੰਟੇ ਹੋ ਗਏ ਹੁਣ ਤੱਕ ਨਹੀਂ ਆਏ ਹੈਗੇ। ਮੈਂ ਤਾਂ ਆਪ ਉਡੀਕਦੀ ਸੀਗੀ, ਮੈਂ ਕਿਹਾ ਆ ਜਾਣ ਘਰੇ, ਫਿਰ ਇਕੱਲੀ ਦਾ ਦਿਲ ਜਿਹਾ ਨਹੀਂ ਲੱਗਦਾ ਹੈਗਾ। ਅੱਛਾ ਤੁਹਾਡਾ ਕਿਹੜਾ ਪਿੰਡ ਆ ਜੀ? ਮੇਰਾ ਤਾਂ ਹਰੇਊ ਆ ਪਿੰਡ, ਲਹਿਰੇਗਾ ਅੱਗੇ ਕੋਲੇ। ਅੱਛਾ ਅੱਛਾ ਹਾਂ, ਇੱਥੇ ਤਾਂ ਮੈਂ ਰਿਸ਼ਤੇਦਾਰੀ 'ਚ ਆਇਆ ਹੋਇਆਗਾ। ਅੱਛਾ ਠੀਕ ਆ। ਹਾਂ ਬਾਪੂ ਜੀ ਦੱਸਦੇ ਸੀਗੇ, ਤੇ ਫਿਰ ਤੁਹਾਡੇ ਘਰੇ ਕੌਣ ਕੌਣ ਹੈ? ਘਰੇ ਬਸ ਮੰਮੀ ਡੈਡੀ ਹੈਗੇ ਨੇ ਜੀ, ਇਕੱਲਾ ਇਕੱਲਾ ਮੁੰਡਾ ਗਾ ਮੈਂ। ਉਹਨਾਂ ਨੂੰ ਵੀ ਫਿਕਰ ਰਹਿੰਦਾ ਵੀ ਉਰੇ ਆ ਜਾ, ਫਿਰ ਇੱਧਰ ਵੀ ਕੰਮ ਕਰਾਉਣਾ ਪੈਂਦਾ, ਰਿਸ਼ਤੇਦਾਰੀ ਦਾ ਕੰਮ ਆ, ਕਦੇ ਨਾ ਕਦੇ ਕੰਮ ਕਰਾਉਣ ਇਹਨਾਂ ਦੇ ਆ ਜਾਂਦਾ ਮੈਂ ਸੀਜ਼ਨ 'ਚ। ਹਾਂਜੀ ਹਾਂਜੀ ਉਹ ਤਾਂ ਹੈਗਾ ਹੀ ਆ, ਚਲੋ ਐਂ ਤਾਂ ਕੰਮ ਕਰਾਉਣਾ ਹੀ ਪੈਂਦਾ। ਹੁਣ ਐਂ ਖੇਤ ਖੂਤ ਬਾਹ ਕੇ ਵਾਢੀ ਦਾ ਨਿਬੇੜਤਾ, ਉਦੋਂ ਬਾਅਦ ਮੈਂ ਪਿੰਡ ਚਲਾ ਜਾਊਂਗਾ, ਫਿਰ ਉੱਥੇ ਵਾਲੇ ਕੰਮ ਨਿਬੇੜ ਕੇ ਜੋ ਜੀਰੀ ਜੂਰੀ ਲਾਉਣੀ ਹੈ ਫਿਰ ਇੱਧਰ ਆ ਜਾਊਂਗਾ। ਠੀਕ ਹੈ ਜੀ। ਫਿਰ ਵਿਆਹ ਕਿਉਂ ਨਹੀਂ ਕਰਾਇਆ ਤੁਸੀਂ ਹੁਣ ਤੱਕ? ਬਸ ਵਿਆਹ ਦਾ ਕੀ ਪੁੱਛਦੇ ਹੋ ਤੁਸੀਂ? ਨਹੀਂ ਫਿਰ ਮੈਨੂੰ ਐਂ, ਮੈਂ ਕਿਹਾ ਵੀ ਚਲੋ ਘਰੇ ਵੀ ਘਰਦਿਆਂ ਨੂੰ ਔਖਾ ਹੋਊਗਾ ਹੈ ਨਾ ਕੰਮ ਕੁੰਮ ਦਾ। ਔਖਾ ਤਾਂ ਹੈਗਾ ਜੀ, ਤੁਸੀਂ ਸਮਝ ਹੀ ਸਕਦੇ ਹੋ, ਹੁਣ ਮੇਰੀ ਮਾਂ ਵਿਚਾਰੀ ਬਜ਼ੁਰਗ ਹੈਗੀ, ਉਹਨੂੰ ਸਾਰਾ ਕੰਮ ਕਾਰ ਕਰਨਾ ਪੈਂਦਾ। ਬਸ ਕੀ ਕਰੀਏ, ਕੋਈ ਕੁੜੀ ਨਹੀਂ ਪਸੰਦ ਆਈ, ਜਦੋਂ ਵੀ ਕੋਈ ਕੁੜੀ ਪਸੰਦ ਆ ਗਈ ਉਹਦੀ ਨਾਲ ਦੀ ਨਾਲ ਵਿਆਹ ਕਰਵਾ ਲਾਂਗੇ। ਤੁਸੀਂ ਕਿਹੋ ਜਿਹੀ ਕੁੜੀ ਭਾਲਦੇ ਹੋਗੇ? ਸੱਚ ਪੁੱਛੋ ਤਾਂ ਤੁਹਾਡੇ ਵਰਗਾ ਸੁਭਾਅ ਹੋਵੇ,
ਸਕਲ ਸ਼ਸੂਰਤ ਦੀ ਵੀ ਤੁਹਾਡੇ ਵਰਗੀ ਹੋਵੇ ਤਾਂ ਵਧੀਆ ਗੱਲ ਆ। ਮੈਨੂੰ ਤੁਹਾਡਾ ਸੁਭਾਅ ਵਧੀਆ ਲੱਗਿਆ, ਗੱਲਬਾਤ ਕਰਨ ਦਾ ਤਰੀਕਾ, ਬੋਲੀ ਤੁਹਾਡੀ ਮਿੱਠੀ ਹੈਗੀ। ਮੇਰੇ ਵਰਗੀ ਕਾਹਤੋਂ? ਫਿਰ ਤੁਸੀਂ ਦਿਲ ਦੀ ਗੱਲ ਪੁੱਛਣੀ ਹੈ, ਚਲੋ ਮੈਂ ਦੱਸ ਹੀ ਦਿੰਦਾ। ਅਸਲ ਵਿੱਚ ਜੀ ਮੈਨੂੰ ਤੁਸੀਂ ਚੰਗੇ ਲੱਗਦੇ ਹੋ, ਮੈਨੂੰ ਤੁਸੀਂ ਪਸੰਦ ਆ ਗਏ ਜਦੋਂ ਮੈਂ ਉਸ ਦਿਨ ਬਟਨਾ ਵਾਲਾ ਜਿੰਦਰਾ ਲੈਣ ਨਹੀਂ ਆਇਆ ਸੀ ਬਾਪੂ ਤੋਂ। ਮੈਨੂੰ ਤੁਸੀਂ ਸੋਹਣੇ ਲੱਗੇ, ਮੈਨੂੰ ਤੁਹਾਡੇ ਨਾਲ ਪਿਆਰ ਜਿਹਾ ਹੋ ਗਿਆ। ਅੱਛਾ ਜੀ। ਹਾਂਜੀ। ਪਰ ਮੇਰੇ ਨਾਲ ਵਿਆਹ ਕਰਾ ਕੇ ਕੀ ਕਰੋਗੇ ਤੁਸੀਂ? ਮੈਂ ਤਾਂ ਇੱਕ ਬਾਂਝ ਔਰਤ ਹਾਂ, ਮੇਰੀ ਤਾਂ ਜ਼ਿੰਦਗੀ ਬਹੁਤ ਮਾੜੀ ਕਿਸਮਤ ਲਿਖੀ ਆ ਰੱਬ ਨੇ। ਨਹੀਂ ਬਾਕੀ ਤਲਾਕ ਤੁਹਾਡਾ ਕਿਹੜੀ ਗੱਲ ਪਿੱਛੇ ਹੋ ਗਿਆ ਸੀ? ਤਲਾਕ ਤਾਂ ਮੇਰਾ ਤਾਂ ਹੋ ਗਿਆ, ਉਹ ਰੋਜ਼ ਰਾਤ ਨੂੰ ਦਾਰੂ ਨਾਲ ਡੱਕ ਕੇ ਆਉਂਦੇ ਸੀ ਅਤੇ ਆ ਕੇ ਪਾਸਾ ਮਾਰ ਕੇ ਪੈ ਜਾਂਦੇ ਸੀ। ਕਦੇ ਮੈਨੂੰ ਬੁਲਾਇਆ ਨਹੀਂ, ਕਦੇ ਮੈਨੂੰ ਇਹ ਨਹੀਂ ਪੁੱਛਿਆ ਵੀ ਤੇਰਾ ਕਦੇ ਕੁਛ ਦੁੱਖਦਾ, ਤੈਨੂੰ ਕੁਛ ਚਾਹੀਦਾ, ਕਦੇ ਹੱਸ ਕੇ ਨਹੀਂ ਬੋਲੇ, ਬੈਠੇ ਨਹੀਂ ਮੇਰੇ ਕੋਲ ਦੋ ਮਿੰਟ। ਫਿਰ ਉੱਪਰੋਂ ਕਹਿੰਦੇ ਤੂੰ ਬਾਂਹ ਜਾ, ਤੂੰ ਬੱਚਾ ਨਹੀਂ ਦੇ ਸਕਦੀ ਮੈਨੂੰ, ਬਸ ਆਹੀ ਗੱਲਾਂ ਕਰਕੇ ਤਲਾਕ ਹੋ ਗਿਆ। ਇੱਕ ਔਰਤ ਨੂੰ ਇਹ ਗੱਲ ਕਹਿਣਾ ਇੱਕ ਬਹੁਤ ਵੱਡਾ ਪਾਪ ਆ ਜੀ, ਇਹ ਗੱਲ ਕਹਿਣੀ ਨਹੀਂ ਚਾਹੀਦੀ। ਚਲੋ ਜੋ ਕਰਨਾ ਰੱਬ ਨੇ ਕਰਨਾ ਹੈ ਨਾ, ਪਰ ਫਿਰ ਵੀ ਚਾਹੇ ਤੁਹਾਡੇ 'ਚ ਕੋਈ ਵੀ ਪ੍ਰੋਬਲਮ ਆ, ਫਿਰ ਵੀ ਮੈਂ ਤੁਹਾਡੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ, ਕਿਉਂਕਿ ਬੰਦਾ ਔਰਤ ਦੀ ਰੂਹ ਨੂੰ ਪਿਆਰ ਕਰਨ ਵਾਲਾ ਚਾਹੀਦਾ, ਨਾ ਕਿ ਜਿਸਮ ਨੂੰ। ਬੱਚੇ ਦਾ ਕੋਈ ਟੈਨਸ਼ਨ ਨਹੀਂ ਜੀ, ਇੱਕ ਮਰਦ ਔਰਤ ਦੇ ਪਿਆਰ ਦਾ ਭੁੱਖਾ ਹੁੰਦਾ ਗਾ, ਬੱਚਾ ਤਾਂ ਉਹ ਗੋਦ ਵੀ ਲੈ ਸਕਦਾ ਜਾਂ ਬੱਚੇ ਬਿਨਾਂ ਵੀ ਸਾਰ ਸਕਦਾ ਗਾ। ਹੁਣ ਤੁਸੀਂ ਦੱਸੋ, ਤੁਸੀਂ ਮੇਰੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ? ਮੈਂ ਤੁਹਾਡੇ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ, ਚਾਹੇ ਤੁਹਾਡਾ ਤਲਾਕ ਹੋਇਆ, ਚਾਹੇ ਤੁਹਾਡੇ 'ਚ ਪ੍ਰੋਬਲਮ ਵੀ ਹੈਗੀ ਆ। ਕੀ ਦੱਸਾਂ ਤੁਹਾਨੂੰ, ਹਾਂ ਮੈਂ ਪਹਿਲਾਂ ਆਪਣੇ ਪੈਰ 'ਤੇ ਆਪ ਹੀ ਕੁਲਾੜੀ ਮਾਰੀ ਆ, ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ, ਲਵ ਮੈਰਿਜ ਕਰਾ ਕੇ ਆਪਦੇ ਬਾਪੂ ਦੇ ਖਿਲਾਫ਼ ਜਾ ਕੇ ਤਾਂ ਉਹਦਾ ਸਾਥ ਦਿੱਤਾ ਸੀ। ਮੈਨੂੰ ਤਾਂ ਸੱਚੀ ਇਹ ਮੁੰਡਿਆਂ ਦੀਆਂ ਗੱਲਾਂ ਨਾ ਹੁਣ ਭਰੋਸੇ ਲਾਇਕ ਨਹੀਂ ਲੱਗਦੀਆਂ ਹੈਗੀਆਂ, ਕਿਉਂਕਿ ਸਾਰੇ ਪਹਿਲਾਂ ਇਹੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੁੰਦੇ ਆ ਅਤੇ ਨਤੀਜਾ ਤਾਂ ਬਾਅਦ ਵਿੱਚ ਹੀ ਨਿਕਲਦਾ। ਚਲੋ ਕੁਛ ਮੁੰਡੇ ਗਲਤ ਹੁੰਦੇ ਹੀ, ਪਰ ਸਾਰੇ ਮੁੰਡੇ ਇੱਕੋ ਜਿਹੇ ਨਹੀਂ ਹੁੰਦੇ। ਜੇ ਤੁਸੀਂ ਲਾ ਲਓ 50% ਗਲਤ ਨੇ ਤਾਂ 50% ਸਹੀ ਵੀ ਹੁੰਦੇ ਨੇ, ਮੈਂ ਵੀ ਉਹ ਸਹੀ ਮੁੰਡਿਆਂ 'ਚੋਂ ਇੱਕ ਆ, ਤੁਸੀਂ ਐਂ ਸਮਝ ਲਓ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੀ, ਸਾਰੀ ਉਮਰ ਤੁਹਾਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ ਅਤੇ ਸਾਰੀ ਉਮਰ ਤੁਹਾਡਾ ਸਾਥ ਨਿਭਾਊਂਗਾ, ਹੋਰ ਇਦੋਂ ਅੱਗੇ ਬੰਦਾ ਕੀ ਕਰ ਸਕਦਾ ਜੀ। ਚਲੋ ਕੋਈ ਬਾਕੀ ਕੋਈ ਗੱਲ ਨਹੀਂ, ਤੁਸੀਂ ਆਪਦੇ ਡੈਡੀ ਨਾਲ ਗੱਲ ਕਰ ਲਿਓ, ਮੈਂ ਵਿਆਹ ਕਰਾਉਣ ਲਈ ਰਾਜ਼ੀ ਹਾਂ, ਬਾਕੀ ਮੈਂ ਤਾਂ ਨਹੀਂ ਕਰਦੀ ਹੈਗੀ ਬਾਪੂ ਜੀ ਨਾਲ ਗੱਲ ਤਾਂ ਤੁਸੀਂ ਕਰ ਲਿਓ, ਕਿਉਂਕਿ ਮੈਂ ਤਾਂ ਪਹਿਲਾਂ ਹੀ ਉਹਨਾਂ ਦੀ ਮਰਜ਼ੀ ਦੇ ਖਿਲਾਫ਼ ਜਾ ਕੇ ਭੁਗਤ ਰਹੀ ਹਾਂਗੀ। ਤੁਹਾਡਾ ਨਾਂ ਤਾਂ ਦੱਸ ਦਿਓ, ਮੈਂ ਤਾਂ ਨਾਮ ਵੀ ਪੁੱਛਣਾ ਭੁੱਲ ਗਿਆ। ਮੇਰਾ ਨਾਮ ਰੀਤ ਆ ਜੀ। ਅੱਛਾ, ਬਹੁਤ ਸੋਹਣਾ ਨਾਂ ਰੀਤ ਆ, ਚੱਲ ਕੋਈ ਚੱਕਰ ਨਹੀਂ, ਆਪਾਂ ਥੋੜ੍ਹੇ ਦਿਨ ਇੱਕ ਦੂਜੇ ਨੂੰ ਮਿਲੀਏ ਗਿਲੀਏ ਅਤੇ ਇੱਕ ਦੂਜੇ ਬਾਰੇ ਜਾਣ ਲਈਏ, ਹੈ ਨਾ, ਫਿਰ ਕੋਈ ਚੱਕਰ ਨਹੀਂ, ਆਪਾਂ ਕੋਈ ਨਾ ਕੋਈ ਵਿਚੋਲਾ ਪਾ ਕੇ ਵਿਆਹ ਦੀ ਗੱਲ ਕਰ ਲਾਂਗੇ, ਠੀਕ ਆ? ਚਲੋ ਜਿਵੇਂ ਤੁਹਾਨੂੰ ਸਹੀ ਲੱਗਦਾ ਜੀ। ਚਲੋ ਬਾਕੀ ਮੈਂ ਵੀ ਚੱਲਦਾ, ਕਿਤੇ ਕੋਈ ਹੋਰ ਆ ਜੇ, ਹੈ ਨਾ। ਹਾਂ ਬਾਪੂ ਜੀ ਵੀ ਆਏ ਨਹੀਂ ਹੈਗੇ ਹੁਣ ਤੱਕ, ਕੋਈ ਨਾ ਠੀਕ ਹੈ। ਚਲੋ ਠੀਕ ਆ, ਤੁਸੀਂ ਵੀ ਸੋਚ ਲਓ ਇੱਕ ਵਾਰ। ਨਾ ਕੋਈ ਗੱਲ ਨਹੀਂ, ਠੀਕ ਆ ਜੀ। ਚਲੋ ਤੁਹਾਡੇ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਜੀ, ਤੁਹਾਡਾ ਸੁਭਾਅ ਵੈਸੇ ਬਹੁਤ ਵਧੀਆ ਆ। ਚਲੋ ਠੀਕ ਹੈ ਜੀ, ਮੈਂ ਚੱਲਦਾ। ਠੀਕ ਹੈ, ਬਾਪੂ ਜੀ ਨੂੰ ਦੱਸ ਦਿਓ ਕਿ ਸੁੱਖੀ ਆਇਆ ਸੀ, ਕੋਈ ਕੰਮ ਸੀ ਮੈਨੂੰ, ਜਾਂ ਘਰੇ ਮਿਲ ਲੈਣਗੇ। ਕੋਈ ਨਾ, ਮੈਂ ਦੱਸ ਦੂੰਗੀ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਮੁੰਡਾ ਤਾਂ ਚੰਗਾ ਲੱਗਦਾ।
ਗੱਲਾਂ ਵੀ ਵਧੀਆ ਕਰਦਾ, ਪਰ ਮੇਰੇ ਮਨ ਨੂੰ ਨਾ ਯਕੀਨ ਨਹੀਂ ਹੈਗਾ ਕਿਸੇ 'ਤੇ। ਬਾਕੀ ਜੋ ਕਰਨਾ ਬਾਪੂ ਆਪ ਹੀ ਕਰੂਗਾ, ਮੈਂ ਤਾਂ ਕੁਛ ਨਹੀਂ ਕਹਿਣਾ ਹੈਗਾ। ਹਾਂ ਰੀਤਾ, ਕੀ ਹਾਲ ਆ? ਵਧੀਆ ਜੀ। ਹੋਰ ਦੱਸ, ਭਾਂਡੇ ਮਾਂਜਣ ਲੱਗ ਗਈ ਹੈ? ਬਸ ਦੋ ਕੀ ਸੀਗੇ, ਮੈਂ ਕਿਹਾ ਧੋ ਦਵਾਂ। ਅੱਛਾ, ਸੋਹਣੀ ਬਹੁਤ ਲੱਗੀ ਜਾਂਦੀ ਅੱਜ ਤਾਂ। ਹਰ ਮਜ਼ਾਕ ਕਰਨ ਦੀ ਆਦਤ ਤੁਹਾਡੀ ਵੀ ਆ ਗਈ। ਲੈ ਯਾਰ, ਸੋਹਣੀ ਹੈ ਨਹੀਂ, ਮਜ਼ਾਕ ਕਰਦਾਗਾ। ਬੰਦੇ ਦੀ ਕਿਸਮਤ ਸੋਹਣੀ ਹੋਣੀ ਚਾਹੀਦੀ ਆ। ਤੁਸੀਂ ਉਹ ਕਹਾਵਤ ਸੁਣੀ ਆ ਕਿ ਰੂਪ ਰੋਵੇ ਕਰਮ ਖਾਣ? ਹਾਂ ਹਾਂ, ਇੱਥੇ ਤਾਂ ਰੂਪ ਤਾਂ ਰੁਲਦਾ ਫਿਰਦਾ, ਪਰ ਕਰਮ ਵਧੀਆ ਹੋਣੇ ਚਾਹੀਦੇ ਆ। ਬੰਦੇ ਦੇ ਸ਼ਕਲਾਂ ਸ਼ੁਕਲਾਂ 'ਚ ਕੁਛ ਨਹੀਂ ਰੱਖਿਆ। ਉਹ ਚਾਹ ਰੂਪ ਤੇਰਾ ਕਾਹਨੂੰ ਰੁਲ ਦਿੰਦੇ ਆ? ਹੁਣ ਤੂੰ ਐਂ ਦੱਸ, ਤੇਰੇ ਬਾਪੂ ਨਾਲ ਕਰੀ ਆ ਗੱਲ ਕਿ ਨਹੀਂ ਕਰੀ? ਮੈਂ ਤਾਂ ਤੁਹਾਨੂੰ ਕਹਿਤਾ ਸੀ ਵੀ ਮੈਂ ਨਹੀਂ ਬਾਪੂ ਜੀ ਨਾਲ ਗੱਲ ਕਰਨੀ ਹੈਗੀ, ਤੁਸੀਂ ਆਪ ਹੀ ਕਰਨੀ ਆ। ਤੁਸੀਂ ਕਰ ਲਈ ਘਰੇ ਗੱਲ? ਹਾਂ, ਮੇਰੇ ਘਰੇ ਗੱਲ ਕਰ ਲਈ। ਤੇ ਤੁਸੀਂ ਉਹਨਾਂ ਨੂੰ ਦੱਸਤਾ ਸੀ ਵੀ ਮੇਰਾ ਤਲਾਕ ਹੋਇਆ ਹੋਇਆ? ਹਾਂ, ਸਾਰਾ ਕੁਝ ਦੱਸਤਾ। ਮੇਰੇ ਘਰ ਦੇ ਤਿਆਰ ਨੇ, ਉਹ ਤਾਂ ਕਹਿੰਦੇ ਤੇਰੀ ਮਰਜ਼ੀ ਆ, ਤੂੰ ਸਾਰੀ ਜ਼ਿੰਦਗੀ ਕੱਟਣੀ ਹੈ ਨਾ, ਤੂੰ ਆਪਦੀ ਪਸੰਦ ਦੀ ਕੁੜੀ ਨਾਲ ਵਿਆਹ ਕਰਾ ਲਾ। ਮੰਨਗੇ? ਹਾਂ ਹਾਂ, ਮੰਨਗੇ। ਫਿਰ ਤਾਂ ਬਾਲੀ ਵਧੀਆ ਗੱਲ ਆ ਗਈ। ਤੇਰੇ ਬਾਪੂ ਨੂੰ ਵੀ ਮਨਾ ਲੈਣਗੇ, ਉਹਨਾਂ ਦੀ ਗਾਹਾਂ ਦੀ ਗਾਹਾਂ ਰਿਸ਼ਤੇਦਾਰੀ ਪੈਂਦੀ ਹੈਗੀ ਇੱਧਰ ਵੀ। ਚਲੋ ਤੁਸੀਂ ਆਪ ਹੀ ਗੱਲ ਕਰ ਲਿਓ। ਹਾਂ, ਅਤੇ ਬਾਕੀ ਆਪਣੇ ਉੱਧਰਲੇ ਚਾਚੇ ਦੀ ਜਾਣ ਪਛਾਣ ਹੈਗੀ ਆ ਤੇਰੇ ਬਾਪੂ ਨਾਲ, ਬਸ ਕੋਈ ਚੱਕਰ ਨਹੀਂ। ਇੱਧਰੋਂ ਵੀ ਹਾਂ ਹੀ ਸਮਝ, ਮੇਰਾ ਬਾਪੂ ਮੇਰੇ ਚਾਚੇ ਦੀ ਮੋੜ ਹੀ ਨਹੀਂ ਸਕਦਾ ਕੋਈ ਵੀ ਗੱਲ। ਚਲੋ ਆ ਤਾਂ ਵਾਲੀ ਵਧੀਆ ਗੱਲ ਆ, ਬਹੁਤ ਖੁਸ਼ੀ ਹੋਈ ਸੁਣ ਕੇ ਮੈਨੂੰ ਵੀ। ਬਸ ਹੁਣ ਪਰ ਨਾ ਦੇਖਿਓ ਕਿਤੇ ਤੁਸੀਂ ਨਾ ਬਦਲ ਜਿਓ, ਕਿਤੇ ਹੋਰ ਮੁੰਡਿਆਂ ਵਾਂਗੂ ਧੋਖਾ ਦੇ ਜਮੋ ਮੈਨੂੰ ਤੂੰ। ਲੈ, ਧੋਖਾ ਕਾਹਦੇ ਵਾਸਤੇ ਦੇਣਾ, ਇਹ ਤੈਨੂੰ ਧੋਖਾ ਹੀ ਦੇਣਾ ਹੁੰਦਾ, ਮੈਂ ਤੇਰੇ ਨਾਲ ਵਿਆਹ ਹੀ ਕਾਹਨੂੰ ਕਰਾਉਣ ਲੱਗਦਾ ਹੈ? ਨਹੀਂ, ਫਿਰ ਵੀ ਡਰ ਲੱਗਦਾ ਨਾ, ਜਦੋਂ ਪਹਿਲਾਂ ਠੋਕਰ ਖਾਧੀ ਹੋਈ ਆ ਗਈ, ਤੁਹਾਨੂੰ ਪਤਾ ਹੀ ਆ। ਓਹੋ, ਵਿਸ਼ਵਾਸ ਕਰਨਾ ਪੈਂਦਾ ਫਿਰ। ਚਲੋ, ਉਹ ਤਾਂ ਵਿਸ਼ਵਾਸ ਤਾਂ ਕਰਨਾ ਹੀ ਪੈਂਦਾ। ਬਸ ਤੂੰ ਇਹ ਗੱਲਾਂ ਛੱਡ, ਤੂੰ ਵਿਆਹ ਦੀਆਂ ਤਿਆਰੀਆਂ ਖਿੱਚ ਦੇ। ਹੁਣ ਮੈਂ ਵੀ 2-3 ਦਿਨ ਤੱਕ ਪਿੰਡ ਜਾਂਦਾਗਾ, ਵਿਆਹ ਦੀਆਂ ਤਿਆਰੀਆਂ ਕਰਦਾ, ਬਸ ਦੇਖ ਦਿਖਾਈ ਤਾਂ ਬਸ ਹੋਈ ਪਈ ਆ। ਬਾਪੂ ਮੈਨੂੰ ਵੀ ਜਾਣਦਾ ਹੈ ਨਾ, ਘਰਦਿਆਂ ਨੂੰ ਵੀ ਜਾਣਦਾ, ਰਿਸ਼ਤੇਦਾਰੀ ਵਾਲਾ ਹੀ ਕੰਮ ਆ। ਰਿਸ਼ਤੇਦਾਰੀ ਨੂੰ ਹੁਣ ਹੋਰ ਗੂੜੀ ਰਿਸ਼ਤੇਦਾਰੀ 'ਚ ਆਪਾਂ ਬਦਲ ਦਈਏ, ਠੀਕ ਆ? ਚਲੋ ਕੋਈ ਨਾ, ਠੀਕ ਆ। ਰੋਟੀ ਬਣਾਵਾਂ, ਰੋਟੀ ਖਾ ਕੇ ਜਾਊਂਗੇ? ਨਾ ਨਾ, ਬਸ ਰੋਟੀ ਨੂੰ ਕੀ ਆ, ਹੁਣ ਤਾਂ ਤੈਨੂੰ ਦੇਖ ਕੇ ਮੇਰੀ ਭੁੱਖ ਲੈ ਜਾਂਦੀ ਆ। ਕਹਿੰਦੇ ਤੇਰੇ ਦਰਸ਼ਨ ਦੁੱਧ ਵਰਗੇ। ਬਾਲੀ ਆਦਤ ਆ ਤੁਹਾਡੀ ਮਜ਼ਾਕ ਕਰਨ ਦੀ। ਲੈ, ਮਜ਼ਾਕ ਕਾਹਦਾ, ਬਾਪੂ ਵੀ ਨਾ ਆ ਜਾਵੇ ਕਿਤੇ। ਅੱਜ ਤਾਂ ਚਿੱਟਾ ਪਾ ਕੇ ਤਿੱਤਲੀ ਵਰਗੀ ਬਣੀ ਫਿਰਦੀਆਂ ਇਹ। ਬਸ ਮੈਂ ਤਾਂ ਇਹੀ ਪਾ ਕੇ ਰੱਖਦੀ ਹਾਂ ਘਰੇ, ਹੌਲਾ ਜਿਹਾ ਗਾ, ਇਹਨੂੰ ਰਾਤ ਨੂੰ ਪੈਣ ਲੱਗੀ ਧੋ ਦਿੰਦੀ ਹੁੰਦੀ ਹੈਗੀ, ਫਿਰ ਪਾ ਲੈਂਦੀ ਹਾਂ। ਮੈਂ ਸੂਟ ਇੰਨੇ ਲੈ ਕੇ ਨਹੀਂ ਨਾ ਆਈ ਸੀਗੀ। ਬਸ ਕੋਈ ਨਾ, ਸੂਟ ਕੀ ਕਰਨੇ ਨੇ, ਆਪਾਂ ਸਾਰਾ 10-15 ਦਿਨਾਂ ਨਿਬੇੜਨਾ। ਵਾਲਾ ਇਕੱਠ ਵੱਟ ਘਰਦੇ ਕਹਿੰਦੇ ਕਰਨਾ ਨਹੀਂ ਹੈਗਾ, ਵੀ ਵਾਲੇ ਪੈਸੇ ਖਰਚ ਕਰਕੇ ਕੀ ਫਾਇਦਾ, ਚੁੰਨੀ ਜਿਹੜਾ ਵੀ ਕਰ ਲਏ। ਲੋਕਾਂ ਨੂੰ ਤਾਂ ਜਿੰਨਾ ਮਰਜ਼ੀ ਖਵਾ ਲਓ, ਲੋਕਾਂ ਨੇ ਤਾਂ ਫਿਰ ਵੀ ਨਹੀਂ ਕਹਿਣਾ ਹੈਗਾ, ਪਿੱਠ ਪਿੱਛੇ ਜੁਗਲੀ ਫਿਰ ਵੀ ਕਰਕੇ ਹੀ ਜਾਣਗੇ। ਆਪਾਂ ਜਿੰਨਾ ਮਰਜ਼ੀ ਵਧੀਆ ਵਿਆਹ ਕਰ ਲਈਏ, ਜਿੰਨਾ ਮਰਜ਼ੀ ਵਧੀਆ ਖਾਣਾ ਹੋਵੇ, ਬਸ ਸਾਰੀ ਮੈਂ ਇੱਕ ਚੀ ਗੱਲ ਨਿਮੇੜਦਾ ਵੀ ਗਧਿਆਂ ਨੇ ਖਾ ਕੇ ਤਾਂ ਲੁੱਦੋ ਲੁੱਦ ਕਰ ਦੇਣਾ। ਹਾਂ, ਉਹੀ ਹੈਗਾ, ਚਲੋ ਵਧੀਆ ਹੈਗਾ, ਨਾਲੇ ਪੈਸੇ ਬਚ ਜਾਂਦੇ, ਚਾਰ ਹੋਰ ਪਾਸੇ ਕੰਮ ਆ ਜਾਣਗੇ। ਤੇ ਤੁਸੀਂ ਆਪ ਹੀ ਬਾਪੂ ਜੀ ਨਾਲ ਗੱਲ ਕਰ ਲਿਓ, ਠੀਕ ਆ? ਬਸ ਗੱਲ ਹੋ ਗਈ, ਹੁਣ ਤਾਂ ਮੈਨੂੰ ਐਂ ਟੈਨਸ਼ਨ ਲੱਗੀ ਪਈ ਆ। ਕਿਵੇਂ? ਵੀ ਹੁਣ ਮੈਂ ਵਗ ਜੂੰਗਾ ਪਿੰਡ, ਤੇਰੇ ਦਰਸ਼ਨ ਕਿਵੇਂ ਹੋਇਆ ਕਰਨਗੇ? ਤੈਨੂੰ ਦੇਖੇ ਬਿਨਾਂ ਤਾਂ ਯਾਰ ਮੈਨੂੰ ਚੈਨ ਜਾ ਨਹੀਂ ਆਉਂਦਾ, ਮੇਰੇ ਤਾਂ ਰਾਤ ਨੂੰ ਸੁਪਨਿਆਂ 'ਚ ਵੀ ਤੂੰ ਆਉਣੀ ਆ। ਕੋਈ ਨਾ, ਥੋੜ੍ਹੇ ਦਿਨਾਂ ਦੀ ਗੱਲ ਹੀ ਹੈ, ਫਿਰ ਤਾਂ ਉੱਥੇ ਆ ਜੂੰਗੀ ਪੱਕਾ ਹੀ, ਇੰਨਾ ਕੁ ਤਾਂ ਝੱਲਣਾ ਹੀ ਪੈਂਦਾ ਹੁੰਦਾ। ਚੱਲ ਠੀਕ ਆ, ਮੈਂ ਜਾ ਕੇ ਵਿਆਹ ਦੀਆਂ ਤਿਆਰੀਆਂ ਕਰਾਂ, ਤੂੰ ਵੀ ਤਿਆਰੀਆਂ ਖਿੱਚਦੇ ਬਾਪ।
ਵਿਚੋਲਾ ਕਦੇ ਦਿਨ ਚ ਆ ਗਈ ਮਨ ਮੇਰਾ ਚਾਚਾ ਤੇਰੇ ਬਾਪੂ ਨਾਲ ਗੱਲ ਕਰਨ ਵਾ ਗੱਲ ਪੱਕੀ ਸਮਝ ਠੀਕ ਚਲੋ ਠੀਕ ਆ ਤੁਸੀਂ ਜਾਓ ਕਿਤੇ ਬਾਪੂ ਜੀ ਇੱਥੇ ਆ ਜਾਣ ਕਹਿਣ ਇੱਥੇ ਸਾਡੀ ਕੁੜੀ ਕੋਲੇ ਬੈਠਾ ਤੁਹਾਨੂੰ ਪਤਾ ਹੀ ਆ ਮੈਂ ਵੀ ਬਸ ਕਰਨੀ ਆ ਮੇਰੀ ਤੂੰ ਹੁਣ ਹੋਣ ਵਾਲੀ ਘਰ ਵਾਲੀਆਂ ਹੈ ਬਾਪੂ ਦੀ ਕੁੜੀਆਂ ਤਾਂ ਕੀ ਆ ਹਜੇ ਹੋਣ ਵਾਲੀਆਂ ਹੋਈ ਨਹੀਂ ਬਾਪੂ ਨੂੰ ਤਾਂ ਕੰਨੋ ਕੰਨ ਖਬਰ ਵੀ ਨਹੀਂ ਹੈਗੀ ਚਲੋ ਕੋਈ ਨਾ ਚਲ ਤੁਸੀਂ ਕਰੋ ਗੱਲ ਫਿਰ ਦੇਖੋ ਕੀ ਬਣਦਾ ਗਾ ਚਲ ਠੀਕ ਆ ਚੱਲਦਾ ਮੈਂ ਠੀਕ ਆ ਮਿਲਦੇ ਆ ਚੰਗਾ ਓਕੇ ਕਿਉਂ ਰੀਤ ਲੱਗ ਗਿਆ ਜੀ ਫਿਰ ਜੀ ਤਾਂ ਲੱਗਣਾ ਹੀ ਸੀ ਚੱਲ ਲੇਟ ਆਉਣ ਲਈ ਯਾਰ ਸੋਰੀ ਕਿਉਂਕਿ ਯਾਰ ਮਿੱਤਰ ਆ ਗਏ ਸੀ ਨਾ ਪਿੰਡ ਚੋਂ ਜਿਨ੍ਹਾਂ ਨੂੰ ਵਿਆਹ ਨਹੀਂ ਲੈ ਕੇ ਗਏ ਕਹਿੰਦੇ ਪਾਰਟੀ ਦੇ ਨਹੀਂ ਕੋਈ ਨਾ ਕੋਈ ਨਾ ਹਾਂ ਪਾਰਟੀ ਪੂਰਟੀ ਦੇਣਾ ਸੀ ਬਾਕੀ ਆ ਕੇ ਮੈਂ ਬਾਹਾਂ ਸੁਣਨੀਆਂ ਲਈ ਫਿਰਦੀਆਂ ਯਾਰ ਜੇ ਸੱਚ ਪੁੱਛਦੇ ਹੋ ਤਾਂ ਮੇਰਾ ਨਾ ਦੁਬਾਰੇ ਚੂੜਾ ਪਾਉਣ ਨੂੰ ਦਿਲ ਨਹੀਂ ਕੀਤਾ ਹੈਗਾ ਮੈਨੂੰ ਐਂ ਸੀ ਵੀ ਸਿੰਪਲ ਹੀ ਤਰੀਕੇ ਨਾਲ ਬਸ ਤੁਹਾਨੂੰ ਪਤਾ ਹੀ ਆ ਨਾ ਥੋੜਾ ਜਿਹਾ ਬੰਦੇ ਨੂੰ ਟਾਈਮ ਚਾਹੀਦਾ ਹੁੰਦਾ ਗਾ ਬਾਕੀ ਚੂੜਾ ਪਾਉਣ ਨਾਲ ਕੀ ਆ ਬਸ ਇੱਕ ਵਾਰੀ ਚੂੜਾ ਪਾ ਲਿਆ ਬਸ ਉਹ ਚੂੜੇ ਦਾ ਤਾਂ ਕੋਈ ਮੈਟਰ ਹੀ ਨਹੀਂ ਹੁੰਦਾ ਵਿੱਚ ਜ਼ਿੰਦਗੀ ਵਧੀਆ ਲੰਘਣੀ ਚਾਹੀਦੀ ਹੈਗੀ ਕੋਈ ਨਾ ਚੱਲ ਛੱਡ ਗੱਲ ਮੈਂ ਤੇਰੀ ਫੀਲਿੰਗ ਸਮਝ ਸਕਦਾ ਰੀਤ ਕਿਉਂਕਿ ਮੈਂ ਤਾਂ ਯਾਰ ਤੈਨੂੰ ਦਿਲ ਤੋਂ ਜਾਣਦਾ ਨਾ ਬਾਕੀ ਤੂੰ ਸਮਝ ਹੀ ਸਕਦੀ ਆਪ ਹੀ ਹਨਾ ਚਲੋ ਜੋ ਵੀ ਹੋਇਆ ਪਿਛਲੇ ਸਮੇਂ 'ਚ ਉਹਨੂੰ ਭੁੱਲੇ ਜਾ ਹਨਾ ਕਿਉਂਕਿ ਫਿਰ ਹੀ ਆਪਾਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹਾਂ ਜੇ ਆਪਣੇ ਪਿਛਲੇ ਬੀਤੇ ਪਲਾਂ ਨੂੰ ਆਪਾਂ ਭੁੱਲਾਂਗੇ ਹਨਾ ਹੁਣ ਦੱਸ ਕਿੰਨੀ ਕੁ ਖੁਸ਼ ਆ ਤੂੰ ਅੱਜ ਆਪਣਾ ਵਿਆਹ ਹੋ ਗਿਆ ਤੂੰ ਕਹਿੰਦੀ ਸੀ ਤੂੰ ਮੈਨੂੰ ਕਿਤੇ ਧੋਖਾ ਨਾ ਦੇ ਦੀ ਧੋਖਾ ਨਾ ਦੇ ਦੀ ਖੁਸ਼ ਤਾਂ ਬਹੁਤ ਆ ਨਾ ਤੂੰ ਅੱਜ ਬਹੁਤ ਖੁਸ਼ ਹਾਂ ਚਲੋ ਬਾਕੀ ਉਰੇ ਤੂੰ ਖੁਸ਼ ਵੀ ਰਹੇਂਗੀ ਹਨਾ ਕਿਉਂਕਿ ਮੇਰੇ ਮੰਮੀ ਡੈਡੀ ਨੇ ਤੈਨੂੰ ਆਪਦੀ ਧੀ ਵਾਂਗੂ ਹੀ ਰੱਖਣਗੇ ਹਨਾ ਹੋਰ ਫਿਰ ਕੋਈ ਪਿਆਰ ਪੂਰ ਦੀਆਂ ਗੱਲਾਂ ਬਾਤਾਂ ਕਰੀਏ ਖਾ ਪੀ ਲਿਆ ਤੂੰ ਕੁਛ ਦੁੱਧ ਦਾ ਤਾਂ ਨਹੀਂ ਪੀਣਾ ਨਹੀਂ ਨਹੀਂ ਮੈਂ ਨਹੀਂ ਦੁੱਧ ਦੱਧ ਪੀਣਾ ਹੈਗਾ ਮੈਂ ਰੋਟੀ ਖਾ ਲਈ ਸੀ ਬਸ ਉਹੀ ਥੋੜ੍ਹਾ ਜਿਹਾ ਉਹਦੇ ਕਰਕੇ ਨਾ ਸਿਰ ਜਿਹਾ ਦੁੱਖਣ ਲੱਗਿਆ ਪਿਆ ਵਿਆਹ 'ਚ ਥਕਾਵਟ ਤਾਂ ਹੋ ਹੀ ਜਾਂਦੀ ਹੈ ਚਾਹੇ ਕਿਵੇਂ ਵੀ ਆ ਜ਼ਿਆਦਾ ਹੋ ਜਾਂਦਾ ਨਾ ਬਾਕੀ ਵਿਆਹ 'ਚ ਚੀਜ਼ਾਂ ਹੀ ਹੁੰਦੀਆਂ ਥੋੜ੍ਹਾ ਖਾਣਾ ਖੁਣਾ ਇਹੋ ਜਿਹਾ ਹੁੰਦਾ ਹਨਾ ਨਾ ਨਾ ਕਹਿੰਦੇ ਵੀ ਕਾਫੀ ਇਕੱਠ ਜਿਹਾ ਹੋ ਗਿਆ ਫਿਰ ਵੀ ਤਾਂ ਹੀ ਹੋ ਗਿਆ ਬਸ ਚੱਲ ਲੋਟ ਹੋ ਕੇ ਬਹਿ ਜਾ ਫਿਰ ਗੱਲਾਂ ਬਾਤਾਂ ਚਾਰ ਪਿਆਰ ਪੂਰ ਦੀਆਂ ਕਰ ਲਈਏ ਹੋਰ ਦੱਸ ਬੋਲ ਵੀ ਪਏ ਕੁਛ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਬੋਲਾਂ ਮੈਨੂੰ ਸੰਗ ਲੱਗਦੀ ਆ ਅੱਛਾ ਜੀ ਹੋਰ ਕੀ ਕੁੜੀਆਂ ਨੂੰ ਤਾਂ ਸੰਗ ਲੱਗਦੀ ਹੁੰਦੀ ਆ ਓਕੇ ਓਕੇ ਇਹ ਆਪਣਾ ਉਹ ਰਹਿ ਗਿਆ ਹਨਾ ਪੂਰਾ ਚੱਲ ਮੈਂ ਪੂਰਾ ਚੱਕ ਲਿਆ ਨਾ ਮੈਂ ਮੇਰੇ ਸਾਹਮਣੇ ਗੇਟ ਖੁੱਲਾ ਰਹਿ ਗਿਆ ਉੱਧਰ ਲਾ ਬਾਹਰ ਲਾ ਆਹ ਖੜ ਕੇ ਆ ਗਿਆ ਹਵਾਈ ਚੱਲਦੀ ਆ ਨਾ ਕੋਈ ਨਾ ਤੁਸੀਂ ਬੰਦ ਕਰੇ ਆਓ ਹਾਂ ਉਹ ਹੋਰ ਦੱਸ ਕੁਛ ਖਾਣਾ ਪੀਣਾ ਤਾਂ ਨਹੀਂ 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 ਮੈਂ ਕੁਛ ਨਹੀਂ ਖਾਣਾ ਬਸ ਚੱਲ ਠੀਕ ਮੈਂ ਨਾਲ ਖੇਹ ਚੱਕ ਕੇ ਲਿਆ ਆਪਾਂ ਠੀਕ ਆ ਹਾਂ ਠੀਕ ਓਕੇ ਲੈ ਦਾ ਸੁਭਾਅ ਵੀ ਕਿੰਨਾ ਵਧੀਆ ਵਾ ਬਾਕੀ ਵਰਤ ਕੇ ਪਤਾ ਲੱਗਦਾ ਹੁਣ ਤਾਂ ਕਹਿੰਦੇ ਰਾਹ ਪਏ 'ਤੇ ਜਾਂ ਬਾਹ ਪਏ 'ਤੇ ਪਤਾ ਲੱਗੂ
ਹਜੇ ਤੱਕ ਤਾਂ ਵਧੀਆ, ਮੰਮੀ ਡੈਡੀ ਦਾ ਸੁਭਾਅ ਵੀ ਵਧੀਆ, ਬਸ ਪਾਪਾ ਮੇਰ ਕਰੇ ਜ਼ਿੰਦਗੀ ਵਧੀਆ ਲੰਘ ਜੇ। ਚੱਲ ਤੂੰ ਐ ਕਰ, ਆਪਾਂ ਟੈਸਟ ਟੁਸਟ ਕਰਾ ਕੇ ਆਵਾਂਗੇ। ਤੂੰ ਕਈ ਦਿਨਾਂ ਤੋਂ ਤੇਰੇ ਸਰੀਰ ਚ ਤਬਦੀਲੀਆਂ ਜੀ ਆ ਰਹੀਆਂ ਨੇ, ਤੇ ਨਾਲੇ ਤਾਂ ਆਪਾਂ ਸ਼ੋਪਿੰਗ ਕਰੇ ਆਉਣਾ ਲੈ ਰਹੇ ਜਾ ਕੇ, ਸੂਟ ਸਾਟ ਲੈ ਜੋ ਵੀ ਲਿਆਉਣਾ, ਨਾਲੇ ਘਰ ਦਾ ਸੌਦਾ ਪੱਤਾ ਮੁੱਕਿਆ ਪਿਆ। ਤੂੰ ਤਿਆਰ ਹੋ, ਆਪਾਂ ਜਾ ਕੇ ਆਉਣਾ, ਚੰਗਾ? ਨਾਲੇ ਤੇ ਟੈਸਟ ਕਰਾ ਕੇ ਲਿਆਊਂਗਾ, ਕੀ ਪਤਾ ਕੀ ਗੱਲ ਆ, ਕਿਤੇ ਮਾੜੇ ਮਾੜੇ ਤੂੰ ਬਿਮਾਰੀ ਵੱਧ ਜਾਂਦੀ ਹੁੰਦੀ, ਫਿਰ ਕੀ ਫਾਇਦਾ। ਆਏ ਹੋਰ ਤਿਆਰ ਹੋ ਜਾ, ਚੰਗਾ? ਡਾਕਟਰ ਦੀ ਸਲਾਹ ਲੈ ਕੇ ਕੋਈ ਵਧੀਆ ਦਵਾਈ ਲਿਆ। ਚਲੋ ਚੱਲੀਏ। ਹੋਰ ਚੱਲ ਆ ਜਾ, ਬਾਹਰੇ ਖੜਾ ਮੋਟਰਸਾਈਕਲ, ਮੈਂ ਬਾਹਰੇ ਕੱਢ ਲਿਆ। ਆ ਜਾ ਹੋਰ। ਕਿਉਂ ਰੀਤਾ, ਠੀਕ ਆ ਸਿਹਤ ਹੁਣ? ਹਾਂ ਠੀਕ ਆ ਜੀ, ਬਸ। ਕੀ ਕਹਿੰਦੇ, ਉਹਨਾਂ ਨੇ ਰਿਪੋਰਟਾਂ ਰਿਪੂਟਾਂ ਭੇਜੀਆਂ ਕਿ ਨਹੀਂ? ਉਹ ਕਹਿੰਦੇ ਸੀ ਫੋਨ 'ਤੇ ਭੇਜ ਦਾਂਗੇ, ਉੱਥੇ ਲਾਈਟ ਨਹੀਂ ਸੀ ਜ਼ਿਆਦਾ। ਹੁਣ ਤਾਂ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਦੇ ਕੇ ਆਇਆਂ ਨੂੰ ਬਲੱਡ ਟੈਸਟ, ਜਿਹੜੇ ਬਸ ਹੋ ਗਿਆ ਟਾਈਮ, ਤਾਂ ਉਦੋਂ ਲਾਈਟ ਨਹੀਂ ਸੀ, ਉਹ ਕਹਿੰਦੇ ਲਾਈਟ ਆਉਣ ਵਾਲੀ ਹੈ ਤਾਂ ਕਰਕੇ, ਨਹੀਂ ਤਾਂ ਉਹਦੀ ਮੌਕੇ ਦੀ ਦੇਣ ਦੇ। ਉਹੀ ਕਹਿੰਦੇ, ਬਾਕੀ ਰਿਪੋਰਟਾਂ ਤਾਂ ਹੋਈ ਇਕੱਲੀ ਉਹ ਪਿਸ਼ਾਬ ਟੈਸਟ ਵਾਲੀ ਰਹਿ ਗਈ ਸੀ। ਤੁਸੀਂ ਪੁੱਛ ਲਓ ਫਿਰ ਉਹਨਾਂ ਨੂੰ ਫੋਨ ਕਰਕੇ, ਉਹਦਾ ਹੀ ਮੈਂ ਲਾਉਣਾ ਨੰਬਰ, ਨੰਬਰ ਆ ਸੀ ਨੰਬਰ, ਠੀਕ। ਪੁੱਛਣਾ ਪੁੱਛਣਾ, ਬਸ ਆ ਗਈ ਹੋਊਗੀ ਹੁਣ ਤਾਂ ਰਿਪੋਰਟ। ਹੋਰ ਸਿਰ ਸਿਰ ਤਾਂ ਦਰਦ ਕਰਦਾ ਤੇਰਾ? ਹਾਂ ਸਿਰ ਤਾਂ ਦਰਦ ਕਰੀ ਜਾਂਦਾ ਵਾ। ਚੱਲ ਕੋਈ ਨਵੀਂ ਲੱਗ ਗਿਆ, ਹੋ ਜੂਗਾ ਸੈੱਟ। ਹੈਲੋ, ਹਾਂਜੀ, ਇੱਕ ਉਹ ਰਿਪੋਰਟ ਸੀਗੀ, ਹਰਿਊ ਤੋਂ ਗੱਲ ਕਰ ਰਹੇ ਸੀ। ਹਾਂ ਹਾਂ, ਰੀਤ ਦੀ, ਅਤੇ ਉਹਦੀ ਆ ਗਈ ਰਿਪੋਰਟ, ਪੋਜ਼ਿਟਿਵ ਆਈ ਆ। ਓਕੇ, ਹਾਂਜੀ, ਪ੍ਰੈਗਨੈਂਸੀ ਹੈਗੀ ਆ ਯਾਨੀ ਕਿ। ਓਕੇ ਜੀ, ਓਕੇ ਓਕੇ ਓਕੇ, ਠੀਕ ਹੈ ਜੀ। ਲੈ ਰੀਤ, ਖੁਸ਼ਖਬਰੀ ਆ, ਤੂੰ ਪ੍ਰੈਗਨੈਂਟ ਆ। ਨਹੀਂ, ਇਹ ਕਿਵੇਂ ਹੋ ਸਕਦਾ? ਲੈ ਉਹ ਕਿਉਂ ਨਹੀਂ ਸਕਦਾ, ਹੁਣ ਤੇਰੇ ਸਾਹਮਣੇ ਮੈਂ ਗੱਲ ਕਰੀ ਆ। ਨਹੀਂ, ਆਹ ਲੈਬੋਰਟਰੀ ਵਾਲੇ ਦਾ ਨੰਬਰ ਆ ਇਹ, ਹੁਣ ਮੈਂ ਤੈਨੂੰ ਉਹੀ ਮਜ਼ਾਕ ਥੋੜਾ ਕਰਦਾ ਕੋਈ। ਉਹ ਤਾਂ ਠੀਕ ਆ, ਪਰ ਉਹ ਝੂਠ ਬੋਲਦੇ ਆ। ਕੌਣ ਝੂਠ ਬੋਲਦੇ ਆ? ਇੱਕ 5000 ਔਰਤ ਦੇ ਬੱਚਾ ਕਿਵੇਂ ਹੋ ਸਕਦਾ? ਮੇਰੀਆਂ ਸਾਰੀਆਂ ਰਿਪੋਰਟਾਂ ਕਰਾਈਆਂ ਸੀਗੀਆਂ ਉਹਨੇ। ਕਿਹਨੇ ਕਰਾਈਆਂ ਸੀ? ਪਹਿਲਾਂ ਮੇਰੇ ਘਰ ਵਾਲੇ ਨੇ ਸਾਰੀਆਂ ਰਿਪੋਰਟਾਂ ਕਰਾਈਆਂ ਸੀ।
ਜਦੋਂ ਅਸੀਂ ਦੇ ਕੇ ਆਏ ਸੀ ਟੈਸਟ, ਫਿਰ ਉਹਨਾਂ ਨੇ 2 ਦਿਨ ਬਾਅਦ ਰਿਪੋਰਟ ਦੱਸੀ ਸੀਗੀ। ਇਹਨੇ ਮੈਨੂੰ ਆ ਕੇ ਕਿਹਾ ਸੀ ਕਿ ਤੂੰ ਕਦੇ ਮਾਂ ਨਹੀਂ ਬਣ ਸਕਦੀ, ਤੇਰੇ ਬੱਚੇਦਾਨੀ 'ਚ ਕੋਈ ਪ੍ਰੋਬਲਮ ਆ। ਤੇਰੇ ਕੋਲ ਕੀ ਸਬੂਤ ਆ ਕੇ ਤੂੰ ਬਾਹ ਆ? ਨਹੀਂ ਮੈਨੂੰ ਪਤਾ, ਉਹਨੇ ਰਿਪੋਰਟਾਂ ਕਰਾਈਆਂ ਸੀਗੀਆਂ। ਨਹੀਂ ਤੇਰੇ ਸਾਹਮਣੇ ਡਾਕਟਰ ਨੇ ਕਿਹਾ ਵੀ ਤੂੰ ਬਾਹ ਜਾਂਗੀ ਜਾਂ ਤੇਰੇ 'ਚ ਕੋਈ ਪ੍ਰੋਬਲਮ ਆ? ਨਹੀਂ ਮੇਰੇ ਸਾਹਮਣੇ ਤਾਂ ਨਹੀਂ ਕਿਹਾ ਸੀ। ਫਿਰ ਰਿਪੋਰਟ ਉਹਨੇ ਕਿਤੇ ਬਾਹਰ ਅੰਦਰ ਲੈ ਲਈ ਸੀ, ਤੂੰ ਹੈ ਨਹੀਂ ਸੀ ਮੌਕੇ 'ਤੇ? ਨਹੀਂ ਉਹ ਕਹਿੰਦਾ ਮੈਂ ਫੋਨ 'ਤੇ ਗੱਲ ਕਰੀ ਸੀਗੀ, ਕਹਿੰਦਾ ਮੈਨੂੰ ਫੋਨ ਆਇਆ ਸੀ ਉਹਨਾਂ ਦਾ। ਫੋਨ ਵੀ ਤੇਰੇ ਸਾਹਮਣੇ ਨਹੀਂ ਕੀਤਾ ਉਹਨੇ? ਨਾ ਫੋਨ ਵੀ ਉਹਨੇ ਬਾਹਰ ਹੀ ਆਇਆ ਸੀ। ਫਿਰ ਤੇਰੇ ਕੋਲ ਕੋਈ ਸਬੂਤ ਨਹੀਂ ਹੈਗਾ ਕਿ ਤੂੰ ਬਾਂਝ ਆ? ਹੋ ਸਕਦਾ ਉਹਦੇ 'ਚ ਆਪਦੇ 'ਚ ਪ੍ਰੋਬਲਮ ਹੋਵੇ, ਉਹਨੇ ਆਪਦੀ ਕਮਜ਼ੋਰੀ ਛੁਪਾਉਣ ਵਾਸਤੇ ਸਾਰਾ ਦੋਸ਼ ਤੇਰੇ 'ਤੇ ਮੜਤਾ ਹੋਵੇ ਤਾਂ ਜੋ ਸਾਰੀ ਉਮਰ ਤੂੰ ਉਹਦੀ ਗੁਲਾਮ ਰਹੇ, ਉਹਦੀ ਨਜ਼ਰਾਂ ਸਾਹਮਣੇ ਝੁਕੀ ਰਹੇ। ਜੇ ਉਹ ਸੱਚ ਦੱਸਣ ਦਾ ਵੀ ਮੇਰੇ 'ਚ ਕੋਈ ਪ੍ਰੋਬਲਮ ਆ ਤਾਂ ਉਹਨੂੰ ਤੇਰੀਆਂ ਨਜ਼ਰਾਂ ਸਾਹਮਣੇ ਸਾਰੀ ਉਮਰ ਝੁੱਕ ਕੇ ਰਹਿਣਾ ਪੈਂਦਾ। ਹੈਂ? ਹਾਂ ਇਹ ਵੀ ਗੱਲ ਹੋ ਸਕਦੀ ਆ, ਕਿਉਂਕਿ ਬਹੁਤ ਸਾਰੇ ਮਰਦ ਇੱਦਾਂ ਹੀ ਕਰਦੇ ਆਗੇ, ਆਪਦੀਆਂ ਕਮਜ਼ੋਰੀਆਂ ਛੁਪਾਉਣ ਵਾਸਤੇ ਨਾ ਸਾਰਾ ਦੋਸ਼ ਤਾਂ ਔਰਤ 'ਤੇ ਮੜ ਦਿੰਦੇ ਆਗੇ। ਇਹਦਾ ਮਤਲਬ ਮੇਰੇ ਵਿੱਚ ਕੋਈ ਨੁਕਸ ਨਹੀਂ ਸੀਗਾ? ਕੋਈ ਨੁਕਸ ਨਹੀਂ ਤੇਰੇ ਵਿੱਚ, ਤਾਂ ਹੀ ਤਾਂ ਰਿਪੋਰਟ ਤੇਰੀ ਪੋਜ਼ਿਟਿਵ ਆਈ ਹੈ, ਤੂੰ ਇਹ ਗੱਲ ਦਿਲੋਂ ਕੱਢ ਦੇ। ਸੱਚੀ ਮੈਂ ਮਾਂ ਬਣਨ ਵਾਲੀ ਹੈਗੀ? ਹਾਂ ਬਿਲਕੁਲ, ਤਾਂ ਹੀ ਤਾਂ ਤੇਰੇ ਹਾਰਮੋਨ ਚੇਂਜ ਹੋ ਰਹੇ ਨੇ, ਸਾਰੀ ਤੇਰੇ 'ਚ ਦਿੱਕਤ ਆ ਰਹੀ ਆ, ਇਹਦੇ ਕਰਕੇ ਹੁੰਦਾ ਹੁੰਦਾ ਗਾ, ਤਾਂ ਹੀ ਤੈਨੂੰ ਛਾਲੀਆਂ ਆਉਂਦੀਆਂ ਨੇ। ਹਾਂ ਇਹੀ ਗੱਲ ਹੈ ਨਾ। ਮੈਨੂੰ ਮਾੜੀ ਚੁੰਡੀ ਵੱਢ ਲੈ। ਹਾਂ ਇਹ ਸੱਚ ਆ ਨਾ, ਮੈਨੂੰ ਲੱਗਿਆ ਕਿਤੇ ਸੁਪਨਾ ਗਾ, ਤਾਂ ਹੁਣ ਯਕੀਨ ਹੋਇਆ ਗਾ। ਸ਼ੁਕਰ ਆ ਪਰਮਾਤਮਾ ਦਾ, ਟਾਈਮ ਰਹਿੰਦੇ ਮੈਨੂੰ ਸਾਰਾ ਕੁਛ ਪਤਾ ਲੱਗ ਗਿਆ, ਨਾਲੇ ਵਧੀਆ ਕੱਢਤਾ ਸੀ ਉਹਨੇ ਮੈਨੂੰ ਘਰੋਂ। ਜੇ ਮੈਂ ਉਹਦੇ ਘਰੇ ਰਹਿੰਦੀ ਤਾਂ ਪਤਾ ਨਹੀਂ ਸਾਰੀ ਜ਼ਿੰਦਗੀ ਮੈਂ ਇਹੀ ਦੁੱਖ ਨਾਲ ਮਰ ਜਾਣਾ ਸੀ ਕਿ ਮੈਂ ਬਾਂਝ ਹਾਂ, ਕਿ ਮੇਰੀ ਕੁੱਖ ਨਹੀਂ ਕਦੇ ਹਰੀ ਹੋ ਸਕਦੀ। ਚੱਲ ਤੇਰੀ ਜ਼ਿੰਦਗੀ ਦੀ ਵੀ ਨਵੀਂ ਸ਼ੁਰੂਆਤ ਹੋ ਗਈ ਇੱਕ, ਹੈ ਨਾ? ਹਾਂ ਆਪਣੇ ਘਰੇ ਵੀ ਨੰਨਾ ਮੁੰਨਾ ਮਹਿਮਾਨ ਆਊਗਾ। ਬਾਕੀ ਇੱਕ ਗੱਲ ਆ ਰਹੀ ਤਾਂ, ਜਿਹੜੇ ਲੋਕ ਸੱਚਾ ਪਿਆਰ ਕਰਦੇ ਨੇ, ਰੂਹ ਨਾਲ ਪਿਆਰ ਕਰਦੇ ਨੇ, ਹੈ ਨਾ, ਰੱਬ ਵੀ ਉਹਨਾਂ ਦਾ ਸਾਥ ਦਿੰਦਾ। ਦੇਖ ਤੂੰ ਚਾਹੇ ਮੈਨੂੰ ਸਾਰਾ ਕੁਛ ਦੱਸਤਾ ਸੀ ਮੈਂ ਵਿਆਹੀ ਹੋਈ ਹਾਂ, ਹੈ ਨਾ, ਵੀ ਮੈਂ ਬਾਂਝ ਹਾਂ, ਫਿਰ ਵੀ ਮੈਂ ਤੇਰੇ ਨਾਲ ਵਿਆਹ ਕਰਾਇਆ, ਦੇਖ ਲਾ ਰੱਬ ਨੇ ਫਿਰ ਵੀ ਆਪੀ ਸਾਰਾ ਕੁਛ ਠੀਕ ਕਰਤਾ। ਤੁਸੀਂ ਸਿੱਧੀ ਨੀਤ ਨਾਲ ਕਿਹਾ ਸੀ ਨਾ, ਕੋਈ ਨਾ ਜੇ ਬੱਚਾ ਨਹੀਂ ਵੀ ਹੋ ਆਪਾਂ ਗੋਦ ਲੈ ਲਾਂਗੇ। ਹਾਂ ਉਹ ਪਰਮਾਤਮਾ ਨਾ ਸਭ ਕੁਛ ਦੇਖਦਾ, ਨੀਤ ਨੂੰ ਕਹਿੰਦੇ ਮਰਾਦਾਂ ਪੂਰੀਆਂ ਹੁੰਦੀਆਂ। ਨਹੀਂ ਦੇਖੋ ਇਹਦੇ ਵਿੱਚ ਕੀ ਆ, ਜੇ ਬੰਦੇ ਵਿੱਚ ਵੀ ਨੁਕਸ ਹੁੰਦਾ ਕੋਈ ਤਾਂ ਉਹਦਾ ਵੀ ਇਲਾਜ ਹੈਗਾ, ਡਾਕਟਰੀ ਇਲਾਜ ਸਾਰੇ ਹੈਗੇ ਆ, ਦੱਸਣ ਅੱਗੇ ਦਵਾਈ ਚੱਲਦੀ ਹੈਗੀ, ਦਵਾਈ ਵਧੀਆ ਖਾਣ ਪੀਣ, ਡਾਕਟਰ ਦੇ ਦੱਸੇ ਮੁਤਾਬਕ ਆਪਦਾ ਧਿਆਨ ਰੱਖਣ, ਸਭ ਕੁਛ ਠੀਕ ਹੋ ਸਕਦਾ। ਕਸੂਰ ਆਪਦੇ ਵਿੱਚ, ਦੋਸ਼ ਆਪਦੇ ਵਿੱਚ, ਤੇ ਜਨਾਨੀ ਤੇ ਮਰ ਦੋ। ਉਹ ਚੱਲ ਮੈਂ ਤਾਂ ਅੱਜ ਬਾਰਾ ਬਾਰਾ ਖੁਸ਼ ਹਾਂ, ਹੁਣ ਤੇਰੀ ਕੁੱਖਾ ਜਿਹੜੀ ਹਰੀ ਹੋ ਗਈ, ਹੁਣ ਆਉਂਦੇ ਸਾਲ ਨੂੰ ਆਪਾਂ ਘਰੇ ਨਵਾਂ ਜੀ ਆ ਜੂਗਾ, ਹੈ ਨਾ? ਮੈਂ ਵੀ ਖੁਸ਼ ਹਾਂ ਬਹੁਤ। ਅੱਜ ਤਾਂ ਪਾਰਟੀ ਕਰਾਂਗੇ, ਤੂੰ ਐਂ ਦੱਸ ਤੇਰੇ ਵਾਸਤੇ ਖਾਣ ਨੂੰ ਮੈਂ ਕੀ ਲਿਆਵਾਂ, ਕੋਈ ਮਿੱਠਾ ਮੁੱਠਾ ਲਿਆਵਾਂ, ਕੀ ਖਾਣਾ ਤੂੰ? ਮਿਲਕ ਕੇਕ ਖਾਊਂਗੀ। ਅੱਛਾ ਜੀ, ਉਹ ਤਾਂ ਸ਼ਹਿਰੋਂ ਮਿਲੂਗਾ, ਸ਼ਹਿਰ ਜਾਣਾ ਪਊਗਾ, ਸ਼ਹਿਰ ਜਾ ਕੇ ਲਿਆਉਣਾ। ਠੀਕ ਆ, ਜਿਹੜਾ ਕੁਛ ਵੀ ਮੈਂ ਖਾਣਾ ਹੁਣ ਮੈਨੂੰ ਸ਼ਹਿਰ ਜਾ ਕੇ ਲਿਆ ਕੇ ਦਿਆ ਕਰਿਓ, ਫਰੈਸ਼ ਫਰੂਟ। ਸੱਚੀ? ਹਾਂ ਮੈਂ ਵੀ ਬਹੁਤ ਖੁਸ਼ ਹਾਂਗੀ, ਹੁਣ ਤਾਂ ਬੱਚੇ ਕਰਕੇ ਗੋਰੀ ਚਿੱਟੀ ਹੁੰਦੀ ਜਾਂਦੀ ਹੈ ਪੂਰੀ। ਗੋਰੀ ਚਿੱਟੀ ਤਾਂ ਮੈਂ ਪਹਿਲਾਂ ਹੀ ਸੀ, ਤਾਂ ਹੀ ਤੁਸੀਂ ਵਿਆਹ ਕੇ ਲਿਆਏ ਸੀ, ਐਵੇਂ ਥੋੜ੍ਹੀ। ਚੱਲ ਆਪਾਂ ਇਹ ਖੁਸ਼ਖਬਰੀ ਜਾ ਕੇ ਮੰਮੀ ਉਹਨਾਂ ਨੂੰ ਵੀ ਦੱਸ ਦਿੰਦੇ ਹਾਂ, ਹੈ? ਹਾਂ ਮੰਮੀ ਹੁਣਾਂ ਨੂੰ ਦੱਸ, ਅਤੇ ਮੈਂ ਮੋਟਰਸਾਈਕਲ ਕੱਢਦਾ, ਅਤੇ ਇੱਕ ਮੇਰੇ ਬਟੂਆ ਆਪਣਾ ਹੀ ਮੈਂ ਲਿਆਵਾਂਗਾ ਸ਼ਹਿਰੋਂ ਜਾ ਕੇ। ਹਾਂ ਠੀਕ ਆ। ਹੋਰ ਦੋਸਤੋ, ਇਸ ਕਹਾਣੀ ਤੋਂ ਸਿੱਖਿਆ ਇਹੀ ਹੈ ਕਿ ਕਿਸੇ ਵੀ ਔਰਤ ਨੂੰ ਕਦੇ ਵੀ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ, ਕਿਸਮਤ ਕਦੇ ਵੀ ਬਦਲ ਸਕਦੀ ਹੈ। ਕਈ ਵਾਰ ਮਰਦ ਆਪਣੀ ਕਮਜ਼ੋਰੀ ਛੁਪਾਉਣ ਲਈ ਸਾਰਾ ਦੋਸ਼ ਇੱਕ ਭੋਲੀ ਭਾਲੀ ਔਰਤ ਦੇ ਸਿਰ 'ਤੇ ਹੀ ਮੜ ਦਿੰਦਾ ਹੈ, ਤਾਂ ਜੋ ਉਹ ਉਹਨਾਂ ਅੱਗੇ ਝੁੱਕ ਕੇ ਰਹੇ ਅਤੇ ਉਹਨਾਂ ਨੂੰ ਉਸ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ, ਅਤੇ ਮਰਦ ਦਾ ਔਰਤ ਦੇ ਦਬਦਬਾ ਸਦਾ ਬਣਿਆ ਰਹੇ।
ਪਰ ਅਜਿਹੀ ਨਰਕ ਭਰੀ ਜ਼ਿੰਦਗੀ ਵਿੱਚ ਰਹਿਣਾ ਜਾਂ ਉਸ ਵਿੱਚੋਂ ਨਿਕਲਣਾ ਇੱਕ ਔਰਤ ਦੀ ਆਪਣੀ ਹਿੰਮਤ 'ਤੇ ਹੀ ਨਿਰਭਰ ਕਰਦਾ ਹੈ, ਜਿਵੇਂ ਕਿ ਇਸ ਕਹਾਣੀ ਵਿੱਚ ਹੋਇਆ।